ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਜਿਸ ਨੂੰ ਬਣਾਇਆ ਗਿਆ ਉਹ ਇੱਕ ਪਤਤ ਸਿੱਖ ਹੈ ਮਨਜਿੰਦਰ ਸਿਰਸਾ ਕੀ ਕਹੋਗੇ ਕਿ ਕੌਮ ਕਿਹੜੇ ਪਾਸੇ ਨੂੰ ਤੁਰ ਪਈ ਸੈਣੀ ਸਾਹਿਬ ਉਹ ਕੱਲਾ ਪਤਤ ਸਿੱਖ ਨਹੀਂ ਉਹ ਆਰਐਸਐਸ ਦਾ ਮੈਂਬਰ ਵੀ ਹੈ ਬੀਜੇਪੀ ਦਾ ਐਮਐਲਏ ਵੀ ਹੈ ਤੇ ਉਹ ਕੱਲਾ ਨਹੀਂ ਹੈ ਉਹਦੇ ਵਰਗੇ 18 ਹੋਰ ਨੇ ਉਸ ਕਮੇਟੀ ਦੇ ਵਿੱਚ ਜੋ ਪਤਤ ਵੀ ਨੇ ਤੇ ਕਰਪਟ ਵੀ ਨੇ ਤੇ ਬੀਜੇਪੀ ਦੇ ਬੰਦੇ ਨੇ ਆਰਐਸਐਸ ਦੇ ਬੰਦੇ ਨੇ ਅਤੇ ਇਹਦੇ ਵਿੱਚ ਤਿੰਨ ਨਾਮਤਾਰੀ ਵੀ ਸ਼ਾਮਲ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰंदे ਹੀ ਨਹੀਂ ਹੈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀਆਂ ਖੰਡਵਾਣੀਆਂ ਤੇ ਵਾਸਮ ਨਿਊਜ਼ ਰਹੇ ਦੇਸ਼ ਵਿਦੇਸ਼ ਤੇ ਸਾਰੇ ਦਸਕਾਂ ਦਾ ਮੈਂ ਪ੍ਰੀਤ ਸਾਰੀ ਸਵਾਗਤ ਕਰਦਾ ਅੱਜ ਦੇ ਸ਼ੋਅ ਭਗਤ ਦਾ ਮੁੱਦਾ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਜਿੱਥੇ ਇੱਕ ਪਤਿਤ ਸਿੱਖ ਨੂੰ ਉੱਥੇ ਦਾ ਪ੍ਰਧਾਨ ਬਣਾ ਦਿੱਤਾ ਗਿਆ ਆਖਿਰ ਕਿੱਥੇ ਹੈ ਸਿੱਖ ਕੌਮ ਦੀ ਇਮਾਨ ਮਰਿਆਦਾ ਆਖਿਰ ਕਿੱਥੇ ਹੈ ਸਿੱਖੀ ਅਸੂਲ ਸਿੱਖੀ ਸਿਧਾਂਤ ਆਖਿਰ ਕਿਉਂ ਸਿਆਸੀ ਤਿਰਾਂ ਆਏ ਦਿਨ ਕੁਝ ਅਜੀਹਾ ਕਰ ਦਿੰਦੀਆਂ ਨੇ ਕਿ ਸਿੱਖ ਕੌਮ ਦੀਆਂ ਰਵਾਇਤਾਂ ਸਿੱਖ ਕੌਮ ਦੇ ਅਸੂਲ ਉਹ ਸਿੱਖ ਦੇ ਟੰਗਣ ਲੱਗੀਆਂ 1 ਮਿੰਟ ਨਹੀਂ ਲਾਂਦੀ ਆ ਇਸ ਸਾਰੇ ਵਿਸ਼ੇ ਦੇ ਉੱਤੇ ਚਰਚਾ ਕਰਨ ਵਾਸਤੇ ਸੜਨਾ ਯੂਨਾਈਟਿਡ ਸਿੱਖ ਪਾਰਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਜਪੂਰਾ ਨੇ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਸਵਿੰਦਰ ਜੀ ਇੱਕ ਪਤਤ ਸਿੱਖ ਨੂੰ ਡੀਐਸਜੀਐਮਸੀ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਕੀ ਕਹੋਗੇ ਤੁਸੀਂ ਦੇਖੋ ਜੀ ਤੁਸੀਂ ਪਤਤ ਦੀ ਗੱਲ ਕਰ ਰਹੇ ਹੋ ਇਹਨਾਂ ਦਾ ਇਹ ਨਹੀਂ ਪਤਾ ਕਿ ਸਵੇਰੇ ਗਾਤਰਾ ਪਾ ਕੇ মিডিਆ ਦੇ ਸਾਹਮਣੇ ਪੇਸ਼ ਹੋ ਜਾਣ ਕਿ ਅਸੀਂ ਅੰਮ੍ਰਿਤਧਾਰੀ ਆ ਪਿੱਛੇ ਜੀ ਤੁਸੀਂ ਦੇਖਿਆ ਹੋਊਗਾ ਕਿ ਪੰਜਾਬ ਐਸੈਂਬਲੀ ਦੇ ਵਿੱਚ ਇੱਕ ਮੰਤਰੀ ਵੱਲੋਂ ਕਾਂਗਰਸ ਦੇ ਕੁਐਸਚਨ ਕੀਤਾ ਗਿਆ ਸੀ ਕਿ ਸੁਖਵੀਰ ਬਾਦਲ ਆਪਣੀ ਜਿਹੜੀ ਕਿਰਪਾਨ ਹੈ ਉਹ ਦੱਸਣ ਕਿੱਥੇ ਹੈ ਜੀ ਤੇ ਉਹ ਉਦੋਂ ਸੁਖਵੀਰ ਬਾਦਲ ਹੈ ਜਿਹੜਾ ਉਹ ਥੱਲੇ ਸਿਰ ਕਰਕੇ ਬੈਠਾ ਰਿਹਾ ਉਹਨੇ ਕੋਈ ਜਵਾਬ ਨਹੀਂ ਦਿੱਤਾ ਸੀਗਾ ਜੀ ਸੋ ਇਸੇ ਢੰਗ ਤੇ ਤਰੀਕੇ ਦੇ ਨਾਲ ਜਿਹੜੇ ਮਨਿੰਦਰ ਸਿਰਸਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਣੇ ਨੇ ਉਹਨਾਂ ਤੇ ਵੀ ਵੱਖ-ਵੱਖ ਤਰ੍ਹਾਂ ਦੀ ਸੰਗਤ ਚ ਸਵਾਲ ਉੱਠ ਰਹੇ ਨੇ ਕਿ ਉਹ ਅਮਰਤਾ ਰੀਵੀ ਨਹੀਂ ਹੈਗੇ ਤੇ ਜਿਹੜੀ ਦਾੜੀ ਹੈ ਉਹੀ ਰੰਗ ਦੇ ਨੇ ਕਿਉਂਕਿ ਸਿੱਖ ਰਹਿਤ ਮਰਿਆਦਾ ਮੁਤਾਬਕ ਜਿਹੜਾ ਅੰਮ੍ਰਿਤਧਾਰੀ ਸਿੱਖ ਹੈ ਉਹੀ ਗੁਰਦੁਆਰਾ ਕਮੇਟੀਆਂ ਦਾ ਜਿਹੜਾ ਪ੍ਰਧਾਨ ਬਣ ਸਕਦਾ ਹੈ ਉਹ ਰਹਿਤ ਮਰਿਆਦਾ ਨੂੰ ਜਿਹੜਾ ਸਿੱਖ ਰਹਿਤ ਮਰਿਆਦਾ ਨੂੰ ਮੰਨਦਾ ਨਾ ਹੋਵੇ ਸਿਰਫ ਉਹ ਨੂੰ ਇੰਪਲੀਮੈਂਟ ਵੀ ਕਰਦਾ ਹੋਵੇ ਆਪਣੇ ਆਪ ਤੇ ਲਾਗੂ ਵੀ ਕਰਦਾ ਹੋਵੇ ਬਿਲਕੁਲ ਪਰ ਜੇਕਰ ਮੈਨੇਜਮੈਂਟ ਕਮੇਟੀਜ਼ ਦੀ ਗੱਲ ਕੀਤੀ ਜਾਵੇ ਚਾਹੇ ਡੀਐਸਜੀਐਮਸੀ ਆਏ ਜਾਂ ਐਸਜੀਪੀਸੀ ਆਏ ਜੀ ਜੀ ਤੇ ਕਿਤੇ ਨਾ ਕਿਤੇ ਉਹ ਸਿਆਸੀ ਤਰ੍ਹਾਂ ਦੇ ਇਸ਼ਾਰਿਆਂ ਦੇ ਉੱਤੇ ਹੀ ਕੰਮ ਕਰਦੀ ਹੈ ਪਰ ਸਭ ਤੋਂ ਵੱਡਾ ਸਵਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਜਦੋਂ ਮਨਜਿੰਦਰ ਸਿਰਸਾ ਨੂੰ ਪ੍ਰਧਾਨ ਚੁਣਿਆ ਗਿਆ ਪਹਿਲੀ ਗੱਲ ਤਾਂ ਮੈਂ ਇਹ ਜਾਨਣਾ ਚਾਹਾਂਗਾ ਕਿ ਜਦੋਂ ਉਹ ਬੀਜਪੀ ਦਾ ਇੱਕ ਲੀਡਰ ਨੇ ਠੀਕ ਹੈ ਜੀ ਜੀ ਬੀਜਪੀ ਦੇ ਮਤਲਬ ਠੱਪੇ ਦੇ ਉੱਤੇ ਉਹ ਉੱਥੇ ਚੋਣ ਜਿੱਤੇ ਹੋਏ ਨੇ ਜੀ ਉਹਨਾਂ ਨੂੰ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਾ ਦੇਣਾ ਤੁਹਾਨੂੰ ਇਹ ਨਹੀਂ ਲੱਗਦਾ ਕਿ ਸਿੱਧੀ ਸਿੱਧੀ ਆਰਐਸਐਸ ਦੀ ਜਾਂ ਸੰਗ ਦੀ ਕੋਈ ਸਬੈਟ ਹੈ ਗੁਰ ਘਰਾਂ ਦੇ ਵਿੱਚ ਦੇਖੋ ਜੀ ਜੇ ਆਪਾਂ ਪਿਛਲੇ 10 ਸਾਲਾਂ ਦੀ ਗੱਲ ਕਰੀਏ ਅ 10 ਸਾਲਾਂ ਤੋਂ ਲੈ ਕੇ ਹੁਣ ਤੱਕ ਦੀ ਤਾਂ ਜਿਹੜਾ ਪਹਿਲਾ ਇਹਨਾਂ ਦਾ ਜਿਹੜਾ ਧਰਮ ਪ੍ਰਚਾਰ ਕਮੇਟੀ ਦਾ ਪ੍ਰਧਾਨ ਹੈ ਜੀ ਉਹ ਵੀ ਉੱਥੋਂ ਕਾਉਂਸਲਰ ਨੇ ਬੀਜੇਪੀ ਦੇ ਤੇ ਹੋਰ ਵਿੱਚ ਬੜੇ ਇਹਨਾਂ ਦੇ ਜਿਹੜੇ ਡੀਐਸਜੀ ਪੀਸੀ ਮੈਂਬਰ ਜਿਨ੍ਹਾਂ ਨੂੰ ਬਣਾਇਆ ਹੋਇਆ ਇਹਨਾਂ ਨੇ ਉਹ ਇਹਨਾਂ ਦੇ ਮੈਂਬਰ ਨੇ ਭਾਜਪਾ ਦੇ ਬਕਾਇਦਾ ਆਰਐਸਐਸ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਅਟੈਂਡ ਵੀ ਕਰਦੇ ਨੇ ਉਹਨਾਂ ਨੂੰ ਸ਼ਿਰਕਤ ਕਰਦੇ ਨੇ ਤੇ ਇਸ ਤੋਂ ਇਲਾਵਾ ਜਿਹੜੀ ਹੁਣ ਵੱਡੀ ਜਿਹੜੀ ਇਤਿਹਾਸ ਚ ਪਹਿਲੀ ਵਾਰੀ ਇਹ ਘਟਨਾ ਵਾਪਰੀ ਏ ਕਿ ਤੁਸੀਂ ਇੱਕ ਮਨਜੀ ਮਨਿੰਦਰ ਸਿਰਸੇ ਦੀ ਗੱਲ ਕੀਤੀ ਏ ਕਿ ਉਹ ਪਤਤ ਨਹੀਂ ਜੀ ਇਹਦੇ ਵਿੱਚ 19 ਜਿਹੜੇ ਇਹੋ ਜੇ ਮੈਂਬਰ ਨੇ ਜਿਨ੍ਹਾਂ ਨੇ ਅਮਰਤ ਨਹੀਂ ਛੱਕਿਆ ਜਿਹੜੀ ਬੀਬੀ ਹੈਗੀ ਇਹ ਭਾਜਪਾ ਦੀ ਬੀਬੀ ਰਣਜੀਤ ਕੌਰ ਜੀ ਉਹਨੇ ਖੁਦ ਵੀ ਅਮਰਤਾਰੀ ਨਹੀਂ ਹੈਗੀ ਤੇ ਥੋੜੇ ਦਿਨ ਪਹਿਲਾਂ ਜਿਹੜਾ ਇੱਕ ਵੀਡੀਓ ਵੀ ਸਾਹਮਣੇ ਆਈ ਏ ਕਿ ਜਿਹੜਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਸਕੂਲ ਹੈ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਉੱਥੇ ਭਾਜਪਾ ਨੇ ਆਪਣੀ ਮੀਟਿੰਗ ਕੀਤੀ ਹੈ ਤੇ ਸਾਡੇ ਗੁਰਦੁਆਰੇ ਨੇ ਜਿਹੜੇ ਸਾਡੇ ਸਕੂਲ ਨੇ ਸਿੱਖਾਂ ਦੇ ਅਦਾਰੇ ਉਹ ਆਰਐਸਐਸ ਹੈ ਤੇ ਭਾਜਪਾ ਦੀ ਅੱਜ ਹਵਾਲੇ ਹੋ ਗਏ ਨੇ ਤੇ ਉਹ ਹੁਣ ਵਰਤਰੇ ਨੇ ਇਹਨਾਂ ਨੂੰ ਨਹੀਂ ਜਿਹੜੀਆਂ ਚੀਜ਼ਾਂ ਫਿਰ ਕਈਆਂ ਜਾਣੀਆਂ ਨੇ ਕਿ ਭਗਮਾ ਕਰਨ ਕੀਤਾ ਜਾ ਰਿਹਾ ਹੈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਘਰਾਂ ਦੇ ਅੰਦਰ ਆਰਐਸਐਸ ਵਾੜੀ ਜਾ ਰਹੀ ਹੈ ਤਾਂ ਫਿਰ ਉਹ ਕਿਸੇ ਬਾਹਰਲੇ ਵੱਲੋਂ ਤਾਂ ਵਾੜੀ ਜਾ ਹੀ ਨਹੀਂ ਰਹੀ ਬਾਹਰਲਾ ਤਾਂ ਕੋਈ ਹੈ ਹੀ ਨਹੀਂ ਜਿਹੜਾ ਉਹਨਾਂ ਨੂੰ ਵੈਲਕਮ ਕਰ ਰਿਹਾ ਸਾਡੇ ਆਪਣੇ ਹੀ ਨੇ ਜਿਹੜੇ ਵੈਲਕਮ ਕਰਨ ਦੇ ਵਾਸਤੇ ਲੱਗੇ ਹੋਏ ਨੇ ਫਿਰ ਗੱਲ ਚਾਹੇ ਹਜੂਰ ਸਾਹਿਬ ਦੀ ਹੋਵੇ ਜਾਂ ਪਟਨਾ ਸਾਹਿਬ ਦੀ ਹੋਵੇ ਤੇ ਜਾਂ ਫਿਰ ਦਿੱਲੀ ਦੀ ਹੋਵੇ ਦੇਖੋ ਸੈਣੀ ਸਾਹਿਬ ਉਹ ਉਹਨਾਂ ਦੇ ਬਾਰ-ਬਾਰ ਸਟੇਟਮੈਂਟ ਆ ਰਹੀ ਹੈ ਕਿ 2021 ਤੱਕ ਅਸੀਂ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਬਣਾ ਦੇਣਾ 2025 ਤੱਕ ਬਣਾ ਦੇਣਾ ਵੱਖ-ਵੱਖ ਉਹਨਾਂ ਦੇ ਜਿਹੜੇ ਲੀਡਰ ਨੇ ਆਪਣੇ ਆਪਣੇ ਓਪੀਨੀਅਨ ਦੇ ਰਹੇ ਨੇ ਉਹ ਕੱਲਾ ਇਹ ਨਹੀਂ ਵੀ ਮਤਲਬ ਸਿੱਖਾਂ ਨੂੰ ਇੱਕਦਮ ਇਹ ਮਤਲਬ ਸਿੱਖ ਸਿੱਖਾਂ ਨੂੰ ਹਿੰਦੂ ਬਣਾ ਦੇਣਾ ਉਹਨਾਂ ਦਾ ਇਸ਼ਾਰਾ ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਉਹ ਇਹੀ ਹੈ ਵੀ ਜਿਹੜੇ ਸਿੱਖ ਇੰਸਟੀਚਿਊਟ ਨੇ ਸਿੱਖਾਂ ਦੀ ਜਿਹੜੀ ਮੈਨੇਜਮੈਂਟ ਕਮੇਟੀਆਂ ਨੇ ਉਹਨਾਂ ਤੇ ਸਾਰੇ ਇਹੋ ਜਿਹੇ ਬੰਦੇ ਬਿਠਾਏ ਜਾਣ ਸਿੱਖ ਸਿੱਖ ਸ਼ਕਲ ਵਾਲੇ ਦੇਖਣ ਨੂੰ ਵੀ ਸਿੱਖ ਹੋਣ ਕੰਮ ਵੀ ਸਿੱਖਾਂ ਵਾਲੇ ਕਰਨ ਤੇ ਮੰਨ ਕੰਮ ਉਹ ਕਰਦੇ ਨੇ ਪਰ ਜੋ ਆਰਐਸਐਸ ਨੂੰ ਮਨਜ਼ੂਰ ਹੈ ਤੇ ਹੌਲੀ ਹੌਲੀ ਇਹ ਜਿਹੜੇ ਸਾਡੇ ਆਗੂ ਨੇ ਮੈਨੇਜਮੈਂਟ ਹੈ ਜਿਹੜੇ ਬਿਠਾਏ ਨੇ ਇਹਨਾਂ ਨੇ ਜਾਂ ਦਰਬਾਰ ਸਾਹਿਬ ਤੇ ਡਾਇਰੈਕਟ ਵੀ ਹੁਣ ਕਬਜ਼ਾ ਹੋ ਜਾਊਗਾ ਇਨਡਾਇਰੈਕਟ ਤਾਂ ਹੈਗਾ ਹੀ ਇਹਨਾਂ ਦਾ ਤਾਂ ਉਹ ਆਪੇ ਕਹਿਣ ਲੱਗ ਜਾਣਗੇ ਵੀ ਮਤਲਬ ਇਹ ਜਿਹੜੇ ਸਿੱਖ ਨੇ ਪੰਜਾਬ 'ਚ ਵਸਦੇ ਜਾਂ ਮੁਲਕ ਦੇ ਅੰਦਰ ਇਹ ਮਤਲਬ ਅਸੀਂ ਇਹਨੂੰ ਹਿੰਦੂ ਰਾਸ਼ਟਰ ਖੁਦ ਅਨਾਉਂਸ ਕਰਦੇ ਆਂ ਤੇ ਖੁਦ ਅਸੀਂ ਹਿੰਦੂ ਆਂ ਤੇ ਇਸ ਤਰੀਕੇ ਦੇ ਨਾਲ ਉਹ ਵੀ ਦਿਨ ਆ ਸਕਦਾ ਹੈ ਜਾਂ ਕਾਹ ਸਕਦਾ ਸਾਹਿਬ ਤੋਂ ਇਹ ਚੀਜ਼ ਨੂੰ ਨਮਾ ਜਾਰੀ ਹੋ ਸਕਦਾ ਹੈ ਇਹ ਬੜਾ ਬੜਾ ਗੰਭੀਰ ਮਸਲਾ ਹੋ ਗਿਆ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਅ 2003 ਜਾਂ 4 ਚ ਹੁਕਮਨਾਮਾ ਜਾਰੀ ਹੋਇਆ ਸੀਗਾ ਕਿ ਆਰਐਸਐਸ ਨੂੰ ਮਤਲਬ ਕੋਈ ਵੀ ਮੂੰਹ ਨਾ ਲਾਵੇ ਇਸ ਸਿੱਖ ਵਿਰੋਧੀ ਜਿਹੜੀ ਸੰਸਥਾ ਹੈਗੀ ਹੈ ਤੇ ਮੈਨੂੰ ਲੱਗਦਾ ਕਿ ਹੁਣ ਇਹੋ ਜਿਹਾ ਕਿਤੇ ਹੁਕਮਨਾਮਾ ਜਾਰੀ ਲਾਏ ਇਹ ਕਰਵਾਦਣ ਜਿਵੇਂ ਜਿਵੇਂ ਭਾਜਪਾ ਦਾ ਉੱਥੇ ਗਲਵਾ ਵੱਧ ਰਿਹਾ ਪਹਿਲਾਂ ਤੁਸੀਂ ਦੇਖੋ ਦਿੱਲੀ ਚ ਤਾਂ ਇੱਕ ਐਮਐਲਏ ਹੈ ਖੁਦ ਮੌਜੂਦਾ ਐਮਐਲਏ ਹੈ ਭਾਜਪਾ ਦਾ ਉਹ ਪ੍ਰਧਾਨ ਬਣ ਗਿਆ ਉਹ ਨਾਂ ਤਾਂ ਅਮਰਤਾ ਰੀ ਹੈ ਤੇ ਉੱਤੋਂ ਮਤਲਬ ਪਤਤ ਵੀ ਹੈਗਾ ਮਤਲਬ ਦਾੜੀ ਵੀ ਰੰਗਦਾ ਵਾ ਹੋਰ ਵੀ ਉੱਤੇ ਕਈ ਤਰ੍ਹਾਂ ਦੇ ਕੇਸ ਵੀ ਸਮੇਂ-ਸਮੇਂ ਦਰਜ ਵੀ ਹੋਏ ਨੇ ਤੇ ਉਹ ਬੰਦਾ ਸਾਡਾ ਪ੍ਰਧਾਨ ਬਣ ਕੇ ਤੇ ਜਿਹੜੇ ਬਾਕੀ ਮੈਂਬਰ ਨੇ 19 18 ਉਹ ਵੀ ਮਤਲਬ ਸਿੱਖ ਨਹੀਂ ਹੈਗੇ ਕਿਉਂਕਿ ਜੇ ਅਮਰਤਧਾਰੀ ਨਹੀਂ ਹੈਗੇ ਤੇ ਉਹ ਉਹਦੇ ਚ ਆਪਾਂ ਉਹਨੂੰ ਕਿੱਦਾਂ ਅਸੈਪਟ ਕਰ ਸਕਦੇ ਆ ਅੱਛਾ ਇਹ 18 ਮੈਂਬਰਾਂ ਦੇ ਵਿੱਚ ਇਹ ਵੀ ਪਤਾ ਲੱਗਿਆ ਸੀ ਕੁਝ ਨਾਮਧਾਰੀ ਹੈ ਨਾਨਕ ਸਿੰਘ ਕੁਝ ਤਿੰਨ 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 ਨਾਮਧਾਰੀ ਮੈਂਬਰ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੰਕਲਪ ਹੈ ਉਹਨੂੰ ਮੰਨਦੇ ਹੀ ਨਹੀਂ ਹੈਗੇ ਕਿਉਂਕਿ ਇਹਨਾਂ ਦਾ ਤਾਂ ਵੱਖਰਾ ਗੁਰੂ ਹੈ ਉਹ ਤਾਂ ਵੱਖਰਾ ਤੇ ਉਹ ਸਾਡੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਕਿੱਦਾਂ ਮੈਂਬਰ ਬਣ ਗਏ ਇਹ ਵੀ ਇੱਕ ਵੱਡਾ ਸਵਾਲ ਹੈ ਤੇ ਇਹ ਬੜੀ ਹੀ ਡੂੰਗੀ ਵਿਚਾਰ ਸਾਨੂੰ ਕਰਨੀ ਪਵੇਗੀ ਕਿ ਭਾਜਪਾ ਨੇ ਕਿਹੜੀ ਸਾਜ਼ਿਸ਼ ਤਹਿਤ ਇਹੋ ਜਿਹੇ ਕਰਪਟ ਬੰਦਿਆਂ ਦਾ ਸਾਡੇ ਗੁਰਦੁਆਰਿਆਂ ਤੇ ਕਬਜ਼ਾ ਕਰਾਇਆ ਤੇ ਸਿੱਖ ਸੰਗਤ ਨੂੰ ਵੀ ਇਹਦਾ ਗੰਭੀਰ ਜਲਦੀ ਨੋਟਿਸ ਲੈਣਾ ਪਊਗਾ ਨਹੀਂ ਤਾਂ ਸਾਡੇ ਜਿਹੜੇ ਗੁਰਦੁਆਰਿਆਂ ਦੀ ਜਿਹੜੀ ਰਹਿਤ ਮਰਿਆਦਾ ਉੱਥੋਂ ਦਾ ਜਿਹੜਾ ਪ੍ਰਬੰਧ ਹੈ ਉਹਨਾ ਤੇ ਇਹਨਾਂ ਦੇ ਜਿਹੜੇ ਮੰਦਰ ਨੇ ਉਹਨਾਂ 'ਚ ਕੋਈ ਵੀ ਫਰਕ ਨਹੀਂ ਰਹੂਗਾ ਇੱਕ ਬਿਆਨ ਜਿਹੜਾ ਥੋੜੇ ਦਿਨ ਪਹਿਲਾਂ ਆਇਆ ਸੀ ਸੋਸ਼ਲ ਮੀਡੀਆ ਦੇ ਘੁੰਮ ਰਿਹਾ ਕਿ ਅਸੀਂ ਜਿਹੜਾ ਰਾਮ ਮੰਦਰ ਤਾਂ ਬਣਾਣਾ ਹੀ ਬਣਾਣਾ ਉਹਦੇ ਨਾਲ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਵਿਸ਼ਨੂੰ ਦਾ ਮੰਦਰ ਹੈ ਸਿੱਖ ਉਹਨੂੰ ਕਹਿ ਰਹੇ ਨੇ ਉੱਤੇ ਵੀ ਕਬਜ਼ਾ ਕਰਨਾ ਉਧਰ ਵੀ ਧਿਆਨ ਦੇਣਾ ਇਹ ਸਾਰੀ ਗੱਲਾਂ ਇੱਕ ਦੂਜੇ ਨਾਲ ਜੁੜ ਰਹੀਆਂ ਨੇ ਇਹ ਹੌਲੀ-ਹੌਲੀ ਸਾਡੇ ਜਿਹੜੇ ਗੁਰਦੁਆਰਿਆਂ ਦਾ ਪ੍ਰਬੰਧ ਹੈ ਉਹਦਾ ਹਿੰਦੂਕਰਨ ਮੁਕੰਮਲ ਰੂਪ ਚ ਕਰਨਾ ਜਿਵੇਂ ਇਹਨਾਂ ਦੇ ਮੰਦਰ ਨੇ ਉਹਨਾਂ ਤੇ ਗੁਰਦੁਆਰਿਆਂ 'ਚ ਸਾਡਾ ਕੋਈ ਫਰਕ ਨਾ ਰਹਿ ਜਾਵੇ। ਬਿਲਕੁਲ ਬਿਲਕੁਲ ਤੇ ਇਹਨਾਂ ਚੀਜ਼ਾਂ ਵੱਲ ਕਿਤੇ ਨਾ ਕਿਤੇ ਸਾਰੀ ਸੰਗਤ ਨੂੰ ਧਿਆਨ ਦੇਣਾ ਬਣਦਾ ਕਿਉਂਕਿ ਇਹ ਇਹੋ ਚੀਜ਼ਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਸਿੱਖ ਕੌਮ ਨੂੰ ਢਾ ਲਾ ਰਹੀਆਂ ਨੇ ਹੁਣ ਤੋਂ ਨਹੀਂ ਲਾ ਰਹੀਆਂ ਬਹੁਤ ਸਮਾਂ ਪਹਿਲਾਂ ਤੋਂ ਲਾ ਰਹੀਆਂ ਨੇ ਤੇ ਇੱਕ ਚੰਗਾ ਪ੍ਰਚਾਰਕ ਹੋਣ ਦੇ ਨਾਤੇ ਹਰ ਪ੍ਰਚਾਰਕ ਦਾ ਫਰਜ਼ ਬਣਦਾ ਹੈ ਕਿ ਇਸ ਚੀਜ਼ ਵਾਸਤੇ ਦੂਜਿਆਂ ਨੂੰ ਅਵੇਅਰ ਕੀਤਾ ਜਾਵੇ ਤੇ ਨਿਊਜ਼ ਚੈਨਲਸ ਵੀ ਜਿੰਨੇ ਹੈ ਜੋ ਨਿਰਧਾਰ ਨਿਰਪੱਖ ਸੋਚ ਰੱਖ ਕੇ ਚੱਲਦੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਇਸ ਚੀਜ਼ਾਂ ਇਹ ਚੀਜ਼ਾਂ ਜਿਸ ਤਰੀਕੇ ਦੇ ਨਾਲ ਘਟਣ ਕਰਮ ਚੱਲ ਰਹੇ ਹਨ ਦਾ ਜਿੱਦਾਂ ਘਟਿਤ ਹੋ ਰਹੀਆਂ ਨੇ ਉਹਨਾਂ ਚੀਜ਼ਾਂ ਨੂੰ ਉਸੇ ਉਸੇ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਕਿ ਆਵਾਮ ਨੂੰ ਪਤਾ ਲੱਗ ਸਕੇ ਕੌਮ ਨੂੰ ਪਤਾ ਲੱਗ ਸਕੇ ਕਿ ਕੀ ਚੱਲ ਕੀ ਰਿਹਾ ਹੈ ਮਾਫ ਕਰਨਾ ਅਸੀਂ ਉਰੇ ਕਿਸੇ ਨੂੰ ਵੀ ਨਿੰਦਨਾ ਨਹੀਂ ਚਾਹੁੰਦੇ ਪਰ ਹਾਂ ਜਿੱਥੇ ਗਲਤ ਹੋ ਰਿਹਾ ਹੈ ਜਿੱਥੇ ਕਿਸੇ ਘੱਟ ਗਿਣਤੀ ਦੇ ਨਾਲ ਕਿਸੇ ਵਿਸ਼ੇਸ਼ ਧਰਮ ਦੇ ਨਾਲ ਜਾਂ ਸਮੁਦਾਇ ਦੇ ਨਾਲ ਤੱਕਾਸ਼ਾਹੀ ਹੋਏਗੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਏਗਾ ਉੱਥੇ ਆਵਾਜ਼ ਬੁਲੰਦ ਸਾਡੀ ਹੋਵੇਗੀ ਹੀ ਹੋਵੇਗੀ ਫਿਰ ਗੱਲ ਚਾਹੇ ਸਿੱਖ ਕੌਮ ਦੀ ਹੋਵੇ ਬੋਧੀਆਂ ਦੀ ਹੋਵੇ ਜਾਨੀਆਂ ਦੀ ਹੋਵੇ ਇਸਾਈਆਂ ਦੀ ਹੋਵੇ ਜਾਂ ਕੋਈ ਵੀ ਹੋਰ ਘੱਟ ਗਿਣਤੀਆਂ ਦੀ ਹੋਵੇ ਪਰ ਸਭ ਤੋਂ ਵੱਡੀ ਚੀਜ਼ ਇੱਕੋ ਹੀ ਹੈ ਹਮੇਸ਼ਾ ਇਹ ਗੱਲ ਕਹਿੰਨੇ ਆ ਕਿ 15% ਅਸੀਂ ਦੇਖਦੇ ਆ ਪਰ ਅਗਰ ਘੱਟ ਗਿਣਤੀ ਇਕੱਠੇ ਹੋ ਜਾਣ ਤਾਂ ਉਹ 85% ਬਣ ਜਾਂਦੇ ਨੇ ਹੁਣ ਮੁੱਦੇ ਰਹਿ ਗਏ ਕਿ ਕੁਝ ਪੈਠ ਗੁਰੂ ਘਰਾਂ ਦੇ ਵਿੱਚ ਕੋਈ ਬਾੜਦਾ ਨਹੀਂ ਕਰ ਰਿਹਾ ਸਾਡੇ ਆਪਣੇ ਹੀ ਨੇ ਜਿੱਦਾਂ ਰਾਜਪੁਰਜਨ ਦੱਸਿਆ ਹੈ ਕਿ ਆਪਣੇ ਆਪ ਉਹ ਬੰਦੇ ਆਪਣੇ ਪ੍ਰੋਜੈਕਟ ਕਰਦੇ ਨੇ ਕਿ ਸਾਨੂੰ ਹੁਕਮਨਾਮੇ ਜਿਹੜੇ ਜਾਰੀ ਹੋਣ ਜਾਂ ਜੋ ਵੀ ਸਾਨੂੰ ਸੰਦੇਸ਼ ਕੌਮ ਦੇ ਵਿੱਚ ਆਵੇ ਤਾਂ ਉਹ ਉਹਨਾਂ ਦੇ ਮਤਲਬ ਦਾ ਉਹਨਾਂ ਦੇ ਹਿਸਾਬ ਦਾ ਆਵੇ ਤਾਂ ਜੋ ਸਾਰੀ ਦੀ ਸਾਰੀ ਕਾਮ ਉਸ ਚੀਜ਼ ਨੂੰ ਸਿਰਮੱਥੇ ਪ੍ਰਮਾਨ ਕਰ ਲਵੇ ਹੁਣ ਗੱਲ ਇੱਥੇ ਆ ਜਾਂਦੀ ਹੈ ਸਾਡੀ ਸਰਮੋਹਰ ਜਥੇਬੰਦੀ ਐਸਜੀਪੀਸੀ ਦੀ ਕੀ ਜਦੋਂ ਮਨਜਿੰਦਰ ਸਿੰਘ ਸਿਰਸਾ ਨੂੰ ਉਥੇ ਦਾ ਪ੍ਰਧਾਨ ਬਣਾਇਆ ਗਿਆ ਐਸਜੀਪੀਸੀ ਨੇ ਓਬਜੈਕਸ਼ਨ ਕੀਤੀ ਜੇਕਰ ਵਾਕਈ ਹੀ ਉਹ ਕੌਮ ਦੇ ਬਾਰੇ ਸੋਚਦੇ ਨੇ ਬੇਸ਼ੱਕ ਗੋਬਿੰਦ ਸਿੰਘ ਲੰਗੋਵਾਲ ਹੋਣ ਜਾਂ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਹੋਣ ਉਹਨਾਂ ਨੂੰ ਚਾਹੀਦਾ ਸੀ ਆ ਕਿ ਜੇਕਰ ਉਹ ਅਮਰਤਾਰੀ ਨਹੀਂ ਨੇ ਤੇ ਬਾਕੀ ਮੈਂਬਰ ਜਿਹੜੇ ਕਮੇਟੀ ਦੇ 18 ਹੈਗੇ ਨੇ ਜੇ ਉਹ ਵੀ ਸਾਰੇ ਪਤਤ ਨੇ ਨਾਮਤਾਰੀ ਨੇ ਸਭ ਤੋਂ ਵੱਡੀ ਚੀਜ਼ ਹੈ ਕਿ ਨਾਮਤਾਰੀ ਕਾਂਡ ਸਿੱਖ ਕੌਮ ਦੇ ਨਾਲ ਕੁਝ ਅਜੀਹਾ ਜੁੜਿਆ ਹੈ ਜਿਸ ਨੂੰ ਅਸੀਂ ਭੁੱਲ ਕੇ ਵੀ ਨਹੀਂ ਭੁਲਾ ਸਕਦੇ ਹੁਣ ਤੁਸੀਂ ਆਪ ਸੋਚ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚੀਜ਼ਾਂ ਨੂੰ ਮਿਲਾਇਆ ਜਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਚੀਜ਼ਾਂ ਨੂੰ ਦਰਸਾਇਆ ਜਾ ਰਿਹਾ ਤੇ ਕਿੱਦਾਂ ਦਿਖਾਇਆ ਜਾ ਰਿਹਾ ਹੈ ਉਹਨਾਂ ਨੂੰ ਬਦਲਣਾ ਉਹਨਾਂ ਨੂੰ ਟਰੈਕ ਤੇ ਲੈ ਕੇ ਆਣਾ ਸਾਡੀਆਂ ਸਰਮੋਰ ਜਥੇਬੰਦੀਆਂ ਦਾ ਫਰਜ਼ ਬੰਦਾ ਹੈ ਕਿ ਉਹ ਹੁਕਮਨਾਮਾ ਹੁਣ ਜਾਰੀ ਕਰਕੇ ਦੱਸਣ ਕਿ ਸਾਡੇ ਸਿੱਖੀ ਸਿਧਾਂਤ ਇਹੇ ਨੇ ਤੇ ਜੇਕਰ ਸਾਡੀਆਂ ਸਰਮੋਰ ਜਥੇਬੰਦੀਆਂ ਹੈਗੀਆਂ ਨੇ ਤਾਂ ਉਹਨਾਂ ਦੇ ਵਿੱਚ ਪਤਤ ਸਿੱਖਾਂ ਦੀ ਕੋਈ ਜਗ੍ਹਾ ਨਹੀਂ ਹੈ ਸਿਰਫ ਬਾਣੀ ਬਾਣੇ ਦੇ ਧਾਰਨੀ ਦੀ ਜਗ੍ਹਾ ਹੈ ਜੋ ਜਾਰੀ ਦੀ ਸਾਰੀ ਰਹਿਤ ਮਰਿਆਦਾ ਫਾਲੋ ਕਰਦਾ ਹੋਵੇ ਉਹਨਾਂ ਦੀ ਜਗ੍ਹਾ ਹੈ ਹੁਣ ਅਗਰ ਅਸੀਂ ਆਰਐਸਐਸ ਦੀ ਗੱਲ ਕਰੀਏ ਜਾਂ ਸੰਗ ਦੀ ਗੱਲ ਕਰੀਏ ਜਾਂ ਸ਼ਿਵ ਸੈਨਾ ਦੀ ਗੱਲ ਕਰੀਏ ਤੇ ਕੁਝ ਅਜਿਹਿਆਂ ਸੰਸਥਾ ਨੇ ਜਿਹਨਾਂ ਦੇ ਉੱਤੇ ਹਮੇਸ਼ਾ ਇਲਜ਼ਾਮ ਲੱਗਦੇ ਆਏ ਨੇ ਕਿ ਇਹ ਭਗਮਾਕਰਨ ਕਰ ਰਹੀਆਂ ਨੇ ਜੀ 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 ਮੋਦੀ ਗਵਰਨਮੈਂਟ ਦੀ ਵੀ ਗੱਲ ਕਰੀਏ ਤਾਂ ਉਹਨਾਂ ਦੇ ਉੱਤੇ ਵੀ ਇਲਜ਼ਾਮ ਲੱਗਦੇ ਆਏ ਨੇ ਤੇ ਉਹਨਾਂ ਦੇ ਕਈ ਮੰਤਰੀ ਤਾਂ ਸਰਿਆਮ ਮੰਚ ਦੇ ਉੱਤੋਂ ਬੋਲਦੇ ਹੋਏ ਵੀ ਨਜ਼ਰ ਆਏ ਨੇ ਕਿ ਅਸੀਂ ਬਹੁਤ ਜਲਦ ਪੂਰੇ ਦੇ ਪੂਰੇ ਭਾਰਤ ਨੂੰ ਹਿੰਦੂ ਰਾਸ਼ਟਰ ਦੇ ਵਿੱਚ ਬਦਲ ਦਾਂਗੇ ਜੀ 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 ਇਹ ਸੋਚ ਨੂੰ ਅਸੀਂ ਕਿੱਦਾਂ ਮਾਤ ਪਾ ਸਕਦੇ ਹਾਂ ਦੇਖੋ ਜੀ ਇਹ ਸੋਚ ਨੂੰ ਤਾਂ ਇਹ ਢੰਗ ਨਾਲ ਮਾਤ ਪਾਵਾਂਗੇ ਕਿ ਸਾਨੂੰ ਸਭ ਤੋਂ ਪਹਿਲਾਂ ਸਿੱਖ ਸੰਗਤਾਂ ਦੇ ਅੰਦਰ ਬਹੁਤ ਵੱਡੇ ਲੈਵਲ ਤੇ ਅਵੇਅਰਨੈਸ ਲੈ ਕੇ ਆਉਣੀ ਪਵੇਗੀ ਕਿ ਸਾਡੇ ਜਿਹੜੇ ਪ੍ਰਬੰਧਕ ਸਥਾਨ ਨੇ ਗੁਰਦੁਆਰਾ ਜਾਂ ਹੋਰ ਜਿਹੜੀ ਸਕੂਲ ادارے ਨੇ ਕਾਲਜ ਨੇ ਵੀ ਉਹਨਾਂ ਨੂੰ ਕਿਹੜੇ ਢੰਗ ਤਰੀਕੇ ਨਾਲ ਭਗਵੇ ਕਰਨ ਤੋਂ ਰੁਕਿਆ ਜਾਵੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਕਿਸੇ ਥਾਂ ਦਾ ਜਿਹਦੇ ਕੋਲ ਕਬਜ਼ਾ ਜਿਹਦੇ ਕੋਲ ਪ੍ਰਬੰਧ ਹੈ ਸਾਰਾ ਉਹੀ ਜਦੋਂ ਪ੍ਰਧਾਨ ਭਾਜਪਾ ਦਾ ਬਣ ਗਿਆ ਤੇ ਬਾਕੀ ਕੰਮ ਅਸੀਂ ਕਿੱਦਾਂ ਕਰਾਂਗੇ ਸਭ ਤੋਂ ਪਹਿਲਾਂ ਇਹੋ ਜੇ ਪ੍ਰਧਾਨ ਨੂੰ ਅਸੀਂ ਜਲਦ ਤੋਂ ਜਲਦ ਉਹਨੂੰ ਆਪਣੇ ਅਹੁਦੇ ਤੋਂ ਹਟਾਉਣਾ ਪਵੇਗਾ ਤੇ ਉੱਥੇ ਜਿਹੜੇ ਚੰਗੀ ਸੋਚ ਵਾਲੇ ਗੁਰਸਿੱਖ ਬੰਦੇ ਨੇ ਗੁਰਸਿੱਖ ਪਿਆਰੇ ਨੇ ਉਹਨਾਂ ਨੂੰ ਲੈ ਕੇ ਆਉਣਾ ਪਵੇਗਾ ਤਾਹੀਂ ਇਹ ਸਿਸਟਮ ਨੂੰ ਬਦਲਿਆ ਜਾ ਸਕਦਾ ਜੇਕਰ ਜੇਕਰ ਪ੍ਰਬੰਧ ਇਹ ਜੇ ਲੋਕਾਂ ਕੋਲ ਹੈ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਮਤਲਬ ਅੱਜ ਘਟੂ ਘਟ ਤੁਸੀਂ ਪਹਿਲਾਂ ਦੇਖੋ ਸਿੰਗ ਸਿਰਸਾ ਦੇ ਸਿਰ ਦੇ ਉੱਤੇ ਦਸਤਾਰ ਤਾਂ ਹੈਗੀ ਹੈ ਸਿੰਪਲ ਜੀ ਗੱਲ ਮੈਂ ਇਹੀ ਕਹਾਂਗਾ ਕਿ ਅੱਗੇ ਉਹ ਵੀ ਹੋਊਗਾ ਕਿ ਮੋਨ ਭਾਗਵਤ ਨੇ ਆਪਣੀ ਹੀ ਕੈਟਾਗਰੀ ਦੇ ਬੰਦੇ ਪਾ ਕੱਲ ਨੂੰ ਹਾਂ ਉਹ ਅਪਡੇਟ ਕਰ ਸਕਦੇ ਨੇ ਹੋਰ ਵੀ ਜਾਂਦੇ ਨੇ ਹੋਰ ਵੀ ਅਪਡੇਟ ਕਰ ਦੇਣਗੇ ਕੱਲ ਨੂੰ ਬਿਲਕੁਲ ਬਿਲਕੁਲ ਕਿ ਇਹੋ ਜਿਹਾ ਬੰਦਾ ਬਣਾਣ ਵੀ ਜਿਹੜਾ ਉਹ ਉਹਨੇ ਕੇਸ ਵੀ ਨਾ ਰੱਖੇ ਹੁਣ ਕੱਲੀ ਦਸਤਾਰ ਹੀ ਸਜਾਂਦਾ ਹੋਵੇ ਬਿਲਕੁਲ ਬਿਲਕੁਲ ਇਹ ਵੀ ਹੋ ਸਕਦਾ ਹੁਣ ਉਹਨਾਂ ਚੀਜ਼ਾਂ ਨੂੰ ਕਿੱਦਾਂ ਅਸੀਂ ਕਾਬੂ ਕਰ ਸਕਦੇ ਕਿਉਂਕਿ ਸਾਡੀ ਅਸਲ ਮੂਰ ਜਥੇ ਵੰਦੀਆਂ ਤੋਂ ਕੀ ਤੁਸੀਂ ਕੀ ਉਮੀਦ ਕਰਦੇ ਹੋ ਕਿ ਕੀ ਕਰਨਾ ਚਾਹੀਦਾ ਇਹਨਾਂ ਨੂੰ ਦੇਖੋ ਜੀ ਸਾਨੂੰ ਤਾਂ ਸਭ ਤੋਂ ਪਹਿਲਾਂ ਇਹਨਾਂ ਦੇ ਖਿਲਾਫ ਇੱਕ ਵੱਡੀ ਵਿਰੋਧ ਦੀ ਲਹਿਰ ਖੜੀ ਕਰਨੀ ਚਾਹੀਦੀ ਹੈ ਕਿ ਜਿਹੜੀ ਭਾਜਪਾ ਸਾਡੇ ਗੁਰਦੁਆਰਿਆਂ ਦੇ ਵਿੱਚ ਦਖਲ ਦੇ ਰਹੀ ਹੈ ਤੇ ਉਹ ਸਾਡੇ ਗੁਰਦੁਆਰੇ ਪ੍ਰਬੰਧ ਨੂੰ ਦਖਲ ਹੀ ਨਹੀਂ ਦੇ ਰਹੀ ਉਹਨੂੰ ਤਹਿਸ ਨਹਿਸ ਵੀ ਕਰ ਰਹੀ ਹੈ ਬੜੇ ਬੁਰੇ ਢੰਗ ਤਰੀਕੇ ਦੇ ਨਾਲ ਤੇ ਜਿਵੇਂ ਇਹਨਾਂ ਨੇ ਭਾਜਪਾ ਨੇ ਉੱਥੇ ਕੀਤਾ ਉਸ ਤੋਂ ਪਹਿਲਾਂ ਇਹਨਾਂ ਨੇ ਹਜੂਰ ਸਾਹਿਬ ਤੁਸੀਂ ਥੋੜੇ ਦਿਨ ਪਹਿਲਾਂ ਖ਼ਬਰ ਪੜ੍ਹੀ ਹੋਊਗੀ ਉੱਥੇ ਵੀ ਆਪਣੇ ਬੰਦੇ ਦਾ ੱੱੱਕੇ ਦੇ ਨਾਲ ਸਾਡੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਾਇਆ ਤੇ ਪਟਨਾ ਸਾਹਿਬ ਦਾ ਪ੍ਰਬੰਧ ਵੀ ਆਪਾਂ ਸਾਰੇ ਜਾਣਦੇ ਆਂ ਵੀ ਉੱਥੇ ਉੱਥੋਂ ਦਾ ਜਿਹੜਾ ਪ੍ਰਬੰਧ ਕਿੰਨਾ ਕੋਲ ਐ ਕਿੱਦਾਂ ਦਾ ਪ੍ਰਬੰਧ ਐ ਉਹਦੇ ਬਾਰੇ ਵੀ ਅਸੀਂ ਜਾਣੂ ਆ ਸੋ ਜਿਹੜੇ ਸਾਡੇ ਇਹ ਤਿੰਨ ਮਰਮੁੱਖ ਪ੍ਰਮੁੱਖ ਤਖਤਾਂ ਤੇ ਗੁਰਦੁਆਰਾ ਸਹਿਬਾਨ ਹਨ ਦਿੱਲੀ ਦੇ ਆਪਣਾ ਹਯੂਦ ਸਾਹਿਬ ਜੀ ਦੇ ਤੇ ਪਟਨਾ ਸਾਹਿਬ ਦੇ ਇਹ ਸਾਰਿਆਂ ਤੇ ਮਤਲਬ ਕਬਜ਼ਾ ਹੋ ਜਾਣਾ ਤੇ ਇੱਕ ਬੜੀ ਸਿੱਖਾਂ ਦੇ ਉੱਤੇ ਤਰਾਸਦੀ ਵਾਲੀ ਗੱਲ ਹੈ ਪਰ ਇਹਦੇ ਰਿਐਕਸ਼ਨ ਵੱਜੋਂ ਸਿੱਖ ਹਲਕਿਆਂ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ ਕੋਈ ਵਿਰੋਧ ਦੀ ਲਹਿਰ ਨਹੀਂ ਖੜੀ ਹੋਈ ਜਦੋਂ ਕਿ ਹੁਣ ਤੱਕ ਤੇ ਇੱਕ ਬਹੁਤ ਵੱਡੀ ਲਹਿਰ ਖੜੀ ਹੋਣੀ ਚਾਹੀਦੀ ਸੀ ਕਿ ਸਾਡੇ ਜਿਹੜੇ ਗੁਰਦੁਆਰਿਆਂ ਦਾ ਪ੍ਰਬੰਧ ਹੈ ਕਿ ਉਹ ਕਿਵੇਂ ਮਤਲਬ ਭਾਜਪਾ ਆਪਣੇ ਹੱਥਾਂ ਦੇ ਵਿੱਚ ਲੈ ਰਹੀ ਹੈ ਆਪਣੇ ਬੰਦਿਆਂ ਦੇ ਕਬਜੇ ਕਰਾ ਰਹੀ ਹੈ ਕਿਉਂਕਿ ਜਦੋਂ 47 ਤੋਂ ਪਹਿਲਾਂ ਅੰਗਰੇਜ਼ਾਂ ਦਾ ਸਮਾਂ ਸੀਗਾ ਉਹਨਾਂ ਨੇ ਵੀ ਇਦਾਂ ਹੀ ਕੀਤਾ ਕਿ ਆਪਣੇ ਜਿਹੜੇ ਮਸੰਦ ਵਾੜ ਕੇ ਸਭ ਤੋਂ ਪਹਿਲਾਂ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਕਰਵਾਏ ਸੀਗੇ। ਉਹੀ ਪਾਲਿਸੀ ਜਿਹੜੀ ਅੰਗਰੇਜ਼ਾਂ ਵਾਲੀ ਹੈ। ਲੋਗਰਿਆਂ ਵਾਲਾ ਕੰਮ ਕਿਤੇ ਨਾ ਕਿਤੇ ਆਪਣੀ ਕਰਦੇ ਪਏ। ਹਾਂ ਉਹ ਭਾਜਪਾ ਕਰਵਾਰੀ ਹੈ ਤੇ ਜਿਹੜੇ ਅਕਾਲੀ ਦਲ ਆਪਣੇ ਆਪ ਨੂੰ ਬਾਦਲ ਪੰਥ ਬਣਿਆ ਹੋਇਆ ਉਹ ਉਹਨਾਂ ਦੀ ਜਿਹੜੀ ਕੋਹਾੜੀ ਦੀ ਉਹ ਦਸਤਾ ਜਿਹੜਾ ਉਹ ਬਣੇ ਹੋਏ ਨੇ ਇਹ ਲੋਕ। ਕੋਹਾੜੀ ਦਾ ਦਸਤਾ ਬਣੇ ਹੋਏ ਨੇ ਤੇ ਹਾਲ ਹੀ ਦੇ ਵਿੱਚ ਸੁਖਵੀਰ ਬਾਦਲ ਨੇ ਇਹੀ ਕਿਹਾ ਸੀ ਕਿ ਸਾਨੂੰ ਮੋੜ ਮੋਦੀ ਸਰਕਾਰ ਹੀ ਚਾਹੀਦੀ ਹੈ। ਚਾਹੀਦੀ ਹੈ। ਤੇ ਬਹੁਤ ਅਜੀਬ ਲੱਗਦਾ ਇਹ ਚੀਜ਼ਾਂ ਵੇਖ ਕੇ ਕਿ ਅਸੀਂ ਕਿੱਦਾਂ ਕਿਸੇ ਧਰਮ ਦੀ ਦਿਸ਼ਾ ਜਾਂ ਧਰਮ ਦਾ ਰੁਤਬਾ ਜਾਂ ਧਰਮ ਦਾ ਰੁਖ ਬਦਲ ਦੀ ਕੋਸ਼ਿਸ਼ ਕਰਦੇ ਹਾਂ ਤੇ ਸਭ ਤੋਂ ਵੱਡੀ ਚੀਜ਼ ਆਉਂਦੀ ਹੈ ਕਿ ਅਗਰ ਕੋਈ ਧਰਮ ਖਤਮ ਕਰਨਾ ਹੋਵੇ ਤਾਂ ਤੁਸੀਂ ਉਸ ਦੀ ਯੂਐਸਪੀ ਉਸ ਦੀ ਰੀੜ ਦੀ ਹੱਡੀ ਨੂੰ ਖਤਮ ਕਰਨਾ ਸ਼ੁਰੂ ਕਰ ਦੋ ਉਹ ਹੁੰਦੇ ਨੇ ਉਸ ਧਰਮ ਦੇ ਧਾਰਮਿਕ ਗ੍ਰੰਥ ਉਹਨਾਂ ਦੀ ਮਰਿਆਦਾ ਤੇ ਸਾਡੀ ਮਰਿਆਦਾ ਕਿੱਥੇ ਪੜਾਈ ਜਾਂਦੀ ਹੈ ਕਿੱਥੇ ਸਿਖਾਈ ਜਾਂਦੀ ਹੈ ਸਾਨੂੰ ਸਾਡੇ ਗੁਰੂ ਘਰਾਂ ਦੇ ਵਿੱਚ ਕਾਲਜਸ ਦੇ ਵਿੱਚ ਸਕੂਲਸ ਦੇ ਵਿੱਚ ਤੇ ਉਥੇ ਜੋ ਲਿਟਰੇਚਰ ਪੜਾਇਆ ਜਾਂਦਾ ਜੋ ਜੋ ਇਤਿਹਾਸ ਪੜਾਇਆ ਜਾਂਦਾ ਉਸ ਦੇ ਵਿੱਚ ਹੀ ਅਗਰ ਮਿਲਾਵਟ ਕਰਕੇ ਇਹ ਬੱਚਿਆਂ ਨੂੰ ਪੜਾਉਣਾ ਪ੍ਰਸਾਰਨਾ ਸ਼ੁਰੂ ਕਰ ਦੇਣਗੇ ਤਾਂ ਆਬਵੀਅਤ ਹੈ ਕਿ ਬੱਚਿਆਂ ਦੇ ਜ਼ਿਹਨ ਦੇ ਵਿੱਚ ਉਹ ਭਗਮਾ ਕਰਨ ਦਾ ਠੱppa ਬਚਪਨ ਤੋਂ ਹੀ ਲੱਗਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਬਹੁਤ ਸਾਰੇ ਸਿੱਖ ਬੁੱਧੀਜੀਵੀ ਅਜਿਹੇ ਹਨ ਜੋ ਵਕਤ-ਵਕਤ ਸਰ ਆਵਾਜ਼ ਆਪਣੀ ਬੁਲੰਦ ਕਰਦੇ ਨੇ ਪੰਜਾਬੀ ਨੂੰ ਉੱਤੇ ਲਿਆਉਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਹੀ ਪੰਜਾਬੀ ਤੀਜੇ ਸਥਾਨ ਤੇ ਡਿੱਗੀ ਹੋਈ ਸੀ ਜਿਹਨੂੰ ਹੁਣ ਚੱਕ ਕੇ ਪਹਿਲੇ ਸਥਾਨ ਤੇ ਕੀਤਾ ਉਹ ਵੀ ਕੁਝ ਅਜਿਹੇ ਬੁੱਧੀਮਾਨ ਸਾਡੇ ਵੀਰ ਹੈ ਨੇ ਜੋ ਜੂਜੇ ਨੇ ਪੰਜਾਬੀ ਦੀ ਇੱਜ਼ਤ ਵਾਸਤੇ ਪੰਜਾਬੀ ਦੇ ਰੁਤਬੇ ਵਾਸਤੇ ਹੁਣ ਗੱਲ ਆ ਗਈ ਹੈ ਪੂਰੀ ਦੀ ਪੂਰੀ ਕੌਮ ਦੀ ਪੂਰੀ ਦੀ ਪੂਰੀ ਪੰਜਾਬੀਅਤ ਦੀ ਜੋ ਕਿ ਅਗਰ ਅਸੀਂ ਸਾਡੀਆਂ ਜਥੇਬੰਦੀਆਂ ਦੀ ਗੱਲ ਕਰਦੇ ਹਾਂ ਡੀਐਸਜੀਐਮਸੀ ਹੋ ਗਈ ਆ ਐਸਟੀਪੀਸੀ ਹੋ ਗਈ ਉਹਨਾਂ ਦੇ ਪ੍ਰਧਾਨ ਉਹਨਾਂ ਦੇ ਜਥੇਦਾਰ ਜੋ ਵੀ ਸਾਡੇ ਤਖਤਾਂ ਦੇ ਉੱਤੇ ਵਿਰਾਜਮਾਨ ਨੇ ਉਹ ਸਾਰੇ ਜਥੇਦਾਰ ਅਗਰ ਉਹ ਕਿਸੇ ਵੀ ਇਤਿਹਾਸਿਕ ਧਿਰ ਦਾ ਹੱਥ ਠੋਕਾ ਬਣ ਕੇ ਚੱਲਣਗੇ ਤਾਂ ਉਹ ਦਿਨ ਦੂਰ ਨਹੀਂ ਹੋਣਗੇ ਜਦੋਂ ਗੁਰੂ ਘਰ ਦੇ ਅੰਦਰ ਪ੍ਰਕਾਸ਼ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਊਗਾ ਪਰ ਬਾਰੋਂ ਟਾਲਖ ਵਜਾ ਕੇ ਅੰਦਰ ਆਣਾ ਪਿਆ ਕਰੂਗਾ بس ਇੱਕ ਆਹਾ ਫਰਕ ਰਹਿ ਜਾਏਗਾ ਉਸ ਤੋਂ ਇਲਾਵਾ ਹੋਰ ਕੋਈ ਫਰਕ ਨਹੀਂ ਤੇ ਉਹ ਦਿਨ ਵੀ ਬਹੁਤ ਜਲਤੀ ਆਏਗਾ ਹੁਣ ਅੰਤ ਦੇ ਵਿੱਚ ਡੀਐਸਜੀਐਮਸੀ ਦਾ ਜੋ ਇਸ ਵੇਲੇ ਕਿਰਦਾਰ ਤੁਹਾਨੂੰ ਨਜ਼ਰ ਆ ਰਿਹਾ ਹੈ ਮਨਜਿੰਦਰ ਸਰਸਾ ਨੂੰ ਉਹਦਾ ਪ੍ਰਧਾਨ ਬਣਾ ਦਿੱਤਾ ਉਸ ਤੋਂ ਪਹਿਲਾਂ ਜੀਕੇਸੀ ਜੀਕੇ ਦੇ ਨਾਲ ਜੋ ਕੁਝ ਹੋਇਆ ਜਿੱਤਾ ਬਾਦਲਾਂ ਨੇ ਉਹਨੂੰ ਜੀ ਧਰਕਿਨਾਰ ਕੀਤਾ ਹੁਣ ਤੁਹਾਨੂੰ ਕੀ ਲੱਗਦਾ ਕਿ ਅ ਅੱਗੇ ਕੀ ਹੋਣ ਵਾਲਾ ਕੀ ਕਰਨਗੇ ਕੀ ਉਹਨਾਂ ਨੂੰ ਹਟਾਇਆ ਜਾਊਗਾ 18 ਮੈਂਬਰਾਂ ਦੇ ਉੱਤੇ ਨੋਟਿਸ ਵੀ ਕੀਤਾ ਗਿਆ ਹੈ ਬਹੁਤ ਸਾਰੀ ਜਥੇਬੰਦੀਆਂ ਜਿਹੜੀ ਆਬਜੈਕਸ਼ਨ ਵੀ ਕਰ ਰਹੀਆਂ ਨੇ ਮਨਜਿੰਦਰ ਸਰਸਾ ਜੰਮ ਕੇ ਬੈਠੇ ਹੋਏ ਨੇ ਇੱਕ ਪਾਸੇ ਤਾਂ ਐਮ ਐਲ ਏ ਨੇ ਦੂਜੇ ਪਾਸੇ ਪ੍ਰਧਾਨ ਪ੍ਰਧਾਨ ਨੇ ਹੁਣ ਤੁਹਾਨੂੰ ਕੀ ਲੱਗਦਾ ਕਿ ਅੱਗੇ ਬਾਦਲ ਧਿਰ ਦਾ ਅਗਲਾ ਸਟੈਪ ਕੀ ਹੋਏਗਾ ਦੇਖੋ ਜੀ ਜਿਹੜਾ ਪਹਿਲਾ ਸਵਾਲ ਕੀਤਾ ਕਿ ਇਹਨੂੰ ਹਟਾਇਆ ਜਾਵੇ ਇਹ ਮਤਲਬ ਬੜਾ ਔਖਾ ਵਿਸ਼ਾ ਉਹਦਾ ਕਾਰਨ ਹੈ ਕਿਉਂਕਿ ਜਿਹੜੀ ਦਿੱਲੀ ਗੁਰਦੁਆਰਾ ਕਵੰਦ ਪ੍ਰਬੰਧ ਕਮੇਟੀ ਮੈਨੇਜਮੈਂਟ ਦੇ ਕਮੇਟੀ ਦੇ ਪ੍ਰਧਾਨ ਨੇ ਜਾਂ ਪੁਰਾਣੇ ਸਾਬਕਾ ਪ੍ਰਧਾਨ ਰਹੇ ਨੇ ਜੀ ਕੇ ਹਮ ਉਹਨਾਂ ਦੀ ਜਿਹੜੀ ਪਾਲਿਸੀ ਰਹੀ ਹੈ ਉਹ ਸੇਮ ਆਰ ਐਸ ਐਸ ਵਾਲੀ ਪਾਲਿਸੀ ਰਹੀ ਹੈ ਤੁਸੀਂ ਦੇਖੋ ਮਨਜੀਤ ਜੀ ਕੇ ਜਿਹੜਾ ਉਹ ਆਪਣੇ ਆਪ ਨੂੰ ਸੈਂਟਰ ਤੋਂ ਪ੍ਰਧਾਨ ਕੀ ਲੈਂਦਾ ਰਿਹਾ ਵਿਦੇਸ਼ੀ ਸਿੱਖਾਂ ਨੂੰ ਬਦਨਾਮ ਕਰਕੇ ਕਿ ਇਹ ਖਾਲਸਤਾਨੀ ਨੇ ਇਹ ਪੰਜਾਬ ਦੇ ਵਿੱਚ ਵਿਦੇਸ਼ਾਂ 'ਚ ਵੀ ਤੁਸੀਂ ਦੇਖੋ ਜਾ ਕੇ ਦੇ ਦੋ ਤਿੰਨ ਥਾਂ ਤੇ ਜਾ ਕੇ ਛੇਤਰ ਵੀ ਇਸੇ ਕਰਕੇ ਪਏ ਨੇ ਕਿ ਵਿਦੇਸ਼ੀ ਸਿੱਖਾਂ ਨੂੰ ਇਹ ਉੱਥੇ ਜਾ ਕੇ ਹੀ ਇਹ ਲਲਕਾਰ ਰਹੇ ਸੀ ਤੇ ਭਾਰਤੀ ਜਿਹੜੀ ਆਰਐਸਐਸ ਦੀ ਪਾਲਿਸੀ ਹੈ ਉਹਨਾਂ ਤੇ ਥੋਪਣਾ ਚਾਹੁੰਦਾ ਸੀਗਾ ਉਸ ਸਿੰਘਾ ਨੇ ਉਦੋਂ ਹੀ ਇਹਨੂੰ ਮਤਲਬ ਵਾਰਨ ਵੀ ਵਾਰਨ ਵੀ ਕੀਤਾ ਸੀਗਾ ਕਿ ਭਾਈ ਜਿਹੜੇ ਮਤਲਬ ਸਿੱਖਾਂ ਨੂੰ ਤੂੰ ਮਤਲਬ ਐਦਾਂ ਨਾ ਸਾਹ ਹਾਂ ਤੇ ਇਹ ਮੰਨਿਆ ਨਹੀਂ ਹੈਗਾ ਕਿਉਂਕਿ ਇਹਦੇ ਪਿੱਛੇ ਜਿਹੜੀ ਆਰਐਸਐਸ ਦੀ ਸਪੋਰਟ ਕੰਮ ਕਰ ਰਹੀ ਸੀ ਉੱਥੇ ਵੀ ਤੇ ਇਹਨੂੰ ਫਿਰ ਉੱਥੇ ਵੀ ਛੇਤਰਖਾਨੇ ਪਏ ਨੇ ਤੇ ਜਿਹਦੇ ਬਦਲੇ ਨੂੰ ਪ੍ਰਧਾਨਗੀ ਮਿਲੀ ਸੀਗੀ ਤੇ ਛੇਤਰ ਤਾਂ ਇਹਨੇ ਖਾਣੀ ਸੀ ਉਹਨਾਂ ਤੋਂ ਤੇ ਜਦੋਂ ਇਹ ਵਾਪਸ ਵੀ ਆ ਗਿਆ ਉਸ ਸਮੇਂ ਵੀ ਇਹ ਵਿਦੇਸ਼ੀ ਸਿੱਖਾਂ ਦੇ ਖਿਲਾਫ ਕਾਫੀ ਬਿਆਨ ਦਿੰਦਾ ਰਿਹਾ ਤੇ ਇਹਨੂੰ ਉਸ ਸਮੇਂ ਵੀ ਵਿਦੇਸ਼ੀ ਸਿੱਖ ਵੀ ਤੇ ਪੰਜਾਬ ਦੀ ਜਿਹੜੀ ਜਾਗਰੂਕ ਜਥੇਬੰਦੀਆਂ ਨੇ ਉਹਨਾਂ ਨੇ ਕਾਫੀ ਇਹਦੇ ਖਿਲਾਫ ਵਿਰੋਧ ਵੀ ਜਤਾਇਆ ਤੇ ਦੱਸਿਆ ਕਿ ਇਹ ਸਿਰੇ ਦਾ ਕਰਪਟ ਬੰਦਾ ਇਹ ਦੇਸ਼ ਭਗਤੀ ਦੇ ਨਾਂ ਦੇ ਉੱਤੇ ਉਹਨਾਂ ਤੋਂ ਕੁਰਸੀ ਲੈ ਰਿਹਾ ਤੇ ਸਿੱਖਾਂ ਨੂੰ ਬਦਨਾਮ ਕਰ ਰਿਹਾ ਇਹ ਬੰਦਾ ਤੇ ਉਹ ਇੱਕ ਦਿਨ ਸੱਚ ਸਾਬਤ ਹੋਇਆ ਇਸ ਬੰਦੇ ਦੇ ਉੱਤੇ 51 ਲੱਖ ਰੁਪਏ ਦਾ ਜਿਹੜਾ ਗੁਰੂ ਘਰ ਦੀ ਗੋਲਕ ਨਾਲ ਠੱਗੀ ਮਾਰਨ ਦੇ ਦੋਸ਼ ਇਹਤੇ ਪਰਚਾ ਦਰਜ ਹੋਇਆ ਸੀਗਾ ਉਸ ਤੋਂ ਪਹਿਲਾਂ ਵੀ ਇਹਨੇ ਵਿਦੇਸ਼ਾਂ ਚੋਂ ਜਦੋਂ ਕੈਨੇਡਾ ਚੋਂ ਇੱਕ ਸਿੱਖ ਸੰਗਤ ਨੇ ਜਿਹੜੇ ਦਿੱਲੀ ਕਮੇਟੀ ਦੇ ਸੇਵਾਦਾਰ ਨੇ ਉਹਨਾਂ ਦੇ ਲਈ 34 ਲੱਖ ਰੁਪਏ ਵੱਖਰਾ ਭੇਜਿਆ ਸੀਗਾ ਉਹ ਵੀ ਇਹਨੇ ਆਪਣੇ ਅਕਾਊਂਟ ਚ ਪਾ ਲਿਆ ਸੀਗਾ ਉਹ ਵੀ ਇਨਕੁਆਰੀ ਚੱਲਦੀ ਹਲੇ ਪੈਂਡਿੰਗ ਹੈ ਸੋ ਇੰਨਾ ਵੱਡਾ ਇਹਨੇ ਫਰੋਡ ਕੀਤਾ ਤੇ ਮੈਂ ਸਮਝਦਾ ਹੁਣ ਮਨਿੰਦਰ ਸਿਰਸਾ ਉਹਨੂੰ ਪ੍ਰਧਾਨ ਬਣੇ ਨੂੰ ਇੱਕ ਦਿਨ ਨਹੀਂ ਹੋਇਆ ਸੀਗਾ ਉਹਨੇ ਉਸੇ ਟਾਈਮ ਨਿਊਜ਼ੀਲੈਂਡ ਦੀ ਘਟਨਾਵਾਂ ਨੂੰ ਕਿੱਦਾਂ ਦੇਖੋ ਫਿਰਕੂ ਰੰਗਤ ਦਿੱਤੀ ਉਸ ਬੰਦੇ ਨੇ ਕਿ ਜਿਹੜੀ ਉਹ ਕੰਟਰੀ ਹੈਗੀ ਮੁਸਲਮਾਨਾਂ ਨਾਲ ਹੋਇਆ ਤੇ ਉਹ ਇੱਕ ਹੋਣਾ ਹੀ ਸੀਗਾ ਇਹ ਸੋਚ ਕਿਹਦੀ ਸੋਚ ਹੈ ਇਹਦੇ ਪਿੱਛੇ ਕਿਹੜੇ ਲੋਕਾਂ ਦੇ ਪ੍ਰਿੰਸੀਪਲ ਨੇ ਇਹ ਸਾਨੂੰ ਦੇਖਣਾ ਪਊਗਾ ਇਹ ਤੇ ਕਲੀਅਰ ਹੁੰਦਾ ਕਿ ਆਰਐਸਐਸ ਦੀ ਇਹ ਬੋਲੀ ਹੈ ਬੋਲ ਕੇ ਇਹ ਪ੍ਰਧਾਨਗੀ ਲੈ ਰਹੇ ਨੇ ਜਿੱਦਾਂ ਦੀ ਘਟਨਾ ਨਿਊਜ਼ੀਲੈਂਡ ਦੇ ਵਿੱਚ ਹੋਈ ਕਿਸੇ ਵੀ ਦੇਸ਼ ਦੇ ਵਿੱਚ ਹੋਵੇ ਨਿੰਦਣੀਆਂ ਜਿਸੇ ਵੀ ਮੁਲਕ ਦੇ ਵਿੱਚ ਹੋਵੇ ਨਿੰਦਣੀਆਂ ਉੱਥੋਂ ਦੇ ਦੇਖੋ ਉੱਥੋਂ ਦੇ ਜਿਹੜੇ 크੍ਰਿਸਚੀਅਨ ਭਾਈਚਾਰੇ ਦੇ ਅੰਗਰੇਜ਼ ਲੋਕ ਨੇ ਨਿਊਜ਼ੀਲੈਂਡ ਦੇ ਉਹ ਕਹਿੰਦੇ ਅਸੀਂ ਚਰਚਾਂ ਦੇ ਬਾਹਰ ਅਸੀਂ ਖੜੇ ਹੋਵਾਂਗੇ ਤੇ ਮੁਸਲਮਾਨ ਨਮਾਜ਼ ਅਦਾ ਕਰਨ ਕਿਸੇ ਨੂੰ ਧਾਰਮਿਕ ਪਾਬੰਦੀ ਨਹੀਂ ਹੈਗੀ ਇਸ ਮੁਲਕ ਦੇ ਅੰਦਰ ਕਿ ਸਾਡਾ ਇਹ ਸਾਡਾ ਇਹ ਬਹੁਤ ਸਾਰੇ ਲੋਕ ਉੱਥੇ ਪਹੁੰਚੇ ਨਹੀਂ ਉੱਚੇ ਨਹੀਂ ਬਿਲਕੁਲ ਲੰਗਰ ਲਾਏ ਲੰਗਰ ਲਾ ਰਹੇ ਨੇ ਜੋ ਉਹਨਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਡੈੱਡ ਬੋਡੀਜ਼ ਜਿਹੜੇ ਜਿਨ੍ਹਾਂ ਨੂੰ ਕਿਸ ਨੇ ਕਲੇ ਪਹੁੰਚਾਇਆ ਜੀ ਮਤਲਬ ਇਹ ਚੀਜ਼ਾਂ ਹੈ ਕਿ ਸਿੱਖ ਕੌਮ ਤਾਂ ਹਮੇਸ਼ਾ ਸਰਬੱਤ ਦੇ ਭਲੇ ਦਾ ਕੰਮ ਕਰਦੀ ਹੈ ਦੂਜਿਆਂ ਦੇ ਵਾਸਤੇ ਸੋਚਦੀ ਹੈ ਬਹੁਤ ਸਾਰੇ ਸਿੱਖ ਅਜਿਹੇ ਹੈ ਵੀ ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਦੀ ਬਹੁਤ ਮਿਹਰ ਹੈ ਤੇ ਉਹ ਦਿਲੋਂ ਮਤਲਬ ਸੇਵਾ ਦੇ ਵਿੱਚ ਲੱਗੇ ਹੋਏ ਨੇ ਤੇ ਕਿਰਤ ਕਰੋ ਨਾਮ ਚਪੋ ਵੰਡ ਛਕੋ ਅਸੀਂ ਇਹ ਸਿਧਾਂਤ ਨਹੀਂ ਭੁੱਲ ਸਕਦੇ ਪਰ ਅੱਜ ਇਹ ਸਿਧਾਂਤਕ ਬਹੁਤ ਸਾਰੇ ਲੋਕ ਨੇ ਜਿਹੜੇ ਭੁੱਲ ਗਏ ਨੇ ਹੈਗੇ ਉਹ ਸਿੱਖ ਚੋਲਿਆਂ ਦੇ ਵਿੱਚ ਹੀ ਨੇ ਪਰ ਉਹ ਸਿਆਸਤ ਇਹਨਾਂ ਦੇ ਹੱਥ ਠੋਕੇ ਬਣ ਕੇ ਚੱਲਦੇ ਨੇ ਸਾਡੀਆਂ ਸਰਮਹੋਰ ਜਥੇਵੰਦੀਆਂ ਤੱਕ ਦੇ ਵਿੱਚ ਬੈਠੇ ਹੋਏ ਨੇ ਪਰ ਹੁਕਮਨਾਮੇ ਜਿਹੜੇ ਦੱਸਦੇ ਨੇ ਜਾਂ ਜਥੇਦਾਰ ਬਦਲੇ ਜਾਂਦੇ ਨੇ ਜਾਂ ਪ੍ਰਧਾਨ ਬਦਲੇ ਜਾਂਦੇ ਨੇ ਲਫਾਫਿਆਂ ਵਿੱਚੋਂ ਕੱਢ ਕੇ ਬਦਲ ਦਿੱਤੇ ਜਾਂਦੇ ਨੇ ਰਾਤੋਂ ਰਾਤ ਤਲਬ ਕਰ ਲਿੱਤਾ ਜਾਂਦਾ ਹੈ ਰਾਤੋਂ ਰਾਤ ਪੰਜ ਪਿਆਰੇ ਤੱਕ ਬਦਲ ਦਿੱਤੇ ਜਾਂਦੇ ਨੇ ਇਹ ਕੁਝ ਉਹ ਸਵਾਲ ਹੈ ਜਿਨ੍ਹਾਂ ਦੇ ਉੱਤੇ ਸੋਚਣਾ ਸਾਡਾ ਫਰਜ਼ ਪੈਂਦਾ ਹੈ ਤੇ ਮੈਂ ਇਹੀ ਕਹਾਂਗਾ ਕਿ ਕੌਮ ਨੂੰ ਇਸ ਵੇਲੇ ਘੁੱਟ ਕੇ ਫੜ ਕੇ ਝੰਡੋੜਨ ਦੀ ਲੋੜ ਹੈ ਕਿਉਂਕਿ ਕੌਮ ਕਿਤੇ ਨਾ ਕਿਤੇ ਡੂੰਗੀ ਨੀਂਦੇ ਸੁੱਤੀ ਹੋਈ ਹੈ ਪੰਜ ਸੱਤ ਜਾਣੇ ਅਗਰ ਖੜਕੇ ਸੱਚਾਈ ਦੇ ਨਾਲ ਚੀਕਾਂ ਮਾਰਨ ਤਾਂ ਉਹਨਾਂ ਨੂੰ ਦੇਖ ਕੇ ਵੀ ਕੌਮ ਆਪਣੀਆਂ ਅੱਖਾਂ ਮੂਤ ਲੈਂਦੀ ਹੈ ਕਿ ਕੋਈ ਗੱਲ ਨਹੀਂ ਜੀ ਸਾਡਾ ਤਾਂ ਨਹੀਂ ਸਾਡਾ ਘਰ ਵਧੀਆ ਚੱਲਦਾ ਪਿਆ ਹੈ ਅਸੀਂ ਵਧੀਆ ਕਮਾਣਿਆ ਖਾਣਿਆ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਠੀਕ ਹੈ ਪੰਥਕ ਕੇ ਇਸ਼ੂ ਨੇ ਧਾਰਮਿਕ ਇਸ਼ੂ ਨੇ ਆ ਚਾਰ ਪੰਜ ਜਾਣੇ ਲੱਗੇ ਹੋਏ ਨੇ ਆਪਣੇ ਪੈਸੇ ਸੋਲਵ ਕਰ ਲੈਣਗੇ ਕੋਈ ਗੱਲ ਨਹੀਂ ਕਿਤੇ ਮੂਰਚਾ ਲੱਗਦਾ ਜਾ ਕੇ ਇੱਕ ਦਿਨ ਉੱਥੇ ਹਾਜ਼ਰੀ ਭਰਿਆ ਆਵਾਂਗੇ ਨਹੀਂ ਅਗਰ ਤੁਸੀਂ ਧਰਮ ਆਪਣਾ ਬਚਾਉਣਾ ਚਾਹੁੰਦੇ ਹੋ ਆਪਣੇ ਧਰਮ ਦੇ ਵਿੱਚ ਅ ਪਰਪੱਖ ਰਹਿਣਾ ਚਾਹਦੇ ਹੋ ਚਾਹਦੇ ਹੋ ਕਿ ਤੁਹਾਡੇ ਬੱਚੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਧਰਮ ਦੀ ਅਸਲੀ ਜਾਤ ਦੇ ਵਿੱਚ ਜੀਵਨ ਸਾਂ ਲੈਣ ਉਹਦੀ ਰੰਗਤ ਨਾ ਬਦਲੀ ਜਾਵੇ ਉਸ ਤੇ ਉੱਤੇ pgamma ਕਰਨ ਦੀ ਰਾਜਨੀਤੀ ਨਾ ਹੋਵੇ ਆਰਐਸਐਸ ਦਾ ਠੱਪਾ ਨਾ ਲੱਗੇ ਜਾਂ ਸੰਗ ਦਾ ਰਾਜ ਨਾ ਹੋਵੇ ਠੀਕ ਹੈ ਸਿੱਖ ਧਰਮ ਦਾ ਜਿਹੜਾ ਸੰਗ ਹੈ ਉਹ ਨਾ ਘੁੱਟਿਆ ਜਾਵੇ ਇਤਿਹਾਸ ਨਾ ਬਦਲਿਆ ਜਾਵੇ ਤਾਂ ਤੁਹਾਨੂੰ ਸਾਰਿਆਂ ਨੂੰ ਹਮਲਾਵਰਾਂ ਦੀ ਲੋੜ ਹੈ ਅੱਗੇ ਆਉਣ ਦੀ ਲੋੜ ਹੈ ਹਰ ਕਿਸੇ ਨੂੰ ਜਿੱਥੇ ਗਲਤ ਹੁੰਦਾ ਹੈ ਤੁਹਾਡਾ ਬੱਚਾ ਕਿਸੇ ਸਕੂਲ 'ਚ ਪੜਦਾ ਹੈ ਕਾਲਜ 'ਚ ਪੜਦਾ ਹੈ ਜੇ ਤੁਹਾਨੂੰ ਲੱਗਦਾ ਹੈ ਉਹਨਾਂ ਨੂੰ ਗਲਤ ਸਿੱਖਿਆ ਦਿੱਤੀ ਜਾ ਰਹੀ ਹੈ ਸਿੱਖ ਇਤਿਹਾਸ ਗਲਤ ਪੜਾਇਆ ਜਾ ਰਿਹਾ ਹੈ ਸਿੰਘ ਸ਼ਹੀਦਾਂ ਬਾਰੇ ਗਲਤ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਤੇ ਸਿਰਫ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਇਹੇ ਪ੍ਰਚਾਰਿਆ ਜਾ ਰਿਹਾ ਹੈ ਤੇ ਹਿੰਦੁਸਤਾਨ ਉਹਨਾਂ ਦੇ ਜ਼ਿਹਨ ਦੇ ਵਿੱਚ ਪਾਇਆ ਜਾ ਰਿਹਾ ਹੈ ਤਾਂ ਉਸ ਦੀ ਆਬਜੈਕਸ਼ਨ ਕਰਨੀ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿਉਂਕਿ ਪਹਿਲੀ ਗੱਲ ਤਾਂ ਹਿੰਦੁਸਤਾਨ ਸ਼ਬਦ ਕਿਤੇ ਸੰਵਿਧਾਨ ਦੇ ਵਿੱਚ ਹੈ ਹੀ ਨਹੀਂ ਜਿਸ ਨੂੰ ਬਹੁਤ ਪ੍ਰਚਾਰ ਦੇ ਨੇ ਹੁਣ ਉੱਥੇ ਮੈਂ ਪਹਿਲਾਂ ਵੀ ਬਹੁਤ ਵਾਰ ਕੰਪੇਅਰ ਕੀਤਾ ਹੈ ਕਿ ਅਗਰ ਇੱਕ ਪਾਸੇ ਖਾਲਿਸਤਾਨ ਰੱਖ ਦਈਏ ਤੇ ਦੂਜੇ ਪਾਸੇ ਹਿੰਦੁਸਤਾਨ ਰੱਖ ਦਈਏ ਹਿੰਦੁਸਤਾਨ ਦਾ ਨਾਰਾ ਹਰ ਕੋਈ ਹਰ ਕਿਤੇ ਉਮਾਰ ਸਕਦਾ ਹੈ ਪਰ ਖਾਲਿਸਤਾਨ ਦਾ ਜੇ ਕੋਈ ਮਾਰੇ ਤਾਂ ਉਹਦੇ ਉੱਤੇ ਨਜ਼ਰਾਂ ਨਾਲ ਦੀ ਨਾਲ ਸੀਬੀਆਈ ਦੀਆਂ ਜਾਂ ਵੱਡੀਆਂ ਏਜੰਸੀਜ਼ ਦੀਆਂ ਆ ਜਾਂਦੀਆਂ ਨੇ ਕਿ ਹੁਣ ਇਹ ਬੰਦਾ ਕੀ ਕਰੇਗਾ ਇਹ ਫਰਕ ਹੈ ਇਹ ਫਰਕ ਜਿਸ ਦਿਨ ਆਮ ਆਵਾਮ ਸਮਝ ਜਾਏਗੀ ਤਾਂ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਜਿਹੜੇ ਹਿੰਦੂ ਰਾਸ਼ਟਰ ਦੀ ਮੰਗ ਕਰਦੇ ਨੇ ਤੇ ਜਿਹੜੇ ਇੱਕ ਠੋਕੇ ਕਹਿੰਦੇ ਨੇ ਕਿ 2025 ਤੱਕ ਅਸੀਂ ਹਿੰਦੂ ਰਾਸ਼ਟਰ ਦੀ ਨਹੀਂ ਰੱਖ ਦਾਂਗੇ ਬਣਾ ਦਾਂਗੇ ਪੂਰਾ ਤੇ ਪੂਰੇ ਭਾਰਤ ਨੂੰ ਅਜਿਹੇ ਲੋਕਾਂ ਨੂੰ ਰੋਕਣਾ ਅਜ ਬਹੁਤ ਜ਼ਰੂਰੀ ਨਹੀਂ ਤਾਂ ਪੂਰੇ ਤੇ ਪੂਰੇ ਧਰਮ ਖਤਰੇ ਦੇ ਵਿੱਚ ਜਾਣਗੇ ਉਹ ਧਰਮ ਖਾਸ ਕਰਕੇ ਜਿਹੜੇ ਘਟਕਿੰਦੀ ਅਖੌਂਦੇ ਨੇ ਹੁਣ ਅੰਤ ਦੇ ਵਿੱਚ ਇਹਨਾਂ ਨੂੰ ਕਿੱਦਾਂ ਇਹਨਾਂ ਮਸੰਦਾਂ ਨੂੰ ਰੋਕਿਆ ਕੀਤਾ ਜਾਵੇ ਇਹਨਾਂ ਨੂੰ ਠੱਲ ਕਿੱਦਾਂ ਪਾਈ ਜਾਵੇ ਜਿੰਨੀ ਕੀ ਜ਼ਹਿਨੀਅਤ ਸਾਡੀ ਕੰਮ ਕਰਦੀ ਹੈ ਉਹ ਨਾ ਕਿ ਅਸੀਂ ਐਕਸਪਲੇਨ ਕਰ ਸਕਦੇ ਸਮਝਾ ਸਕਦੇ ਹਾਂ ਪਰ ਸਭ ਤੋਂ ਵੱਡੀ ਗੱਲ ਉਹੀ ਹੈ ਕਿ ਆਵਾਮ ਕਿਉਂਕਿ ਹਰ ਕਿਸ ਨੂੰ ਘਰ ਦੇ ਵਿੱਚ ਬੈਠ ਕੇ ਹੀ ਲੱਗਦਾ ਹੈ ਕਿ ਅਸੀਂ ਆਪਣੇ ਘਰ ਦੇ ਵਿੱਚ ਰਾਜ਼ੀ ਖੁਸ਼ੀ ਆ ਸਾਨੂੰ ਕੀ ਲੋੜ ਪਈ ਹੈ ਬਿਲਕੁਲ ਜੀ ਬਿਲਕੁਲ ਜੇ ਬੰਦੇ ਨੂੰ ਪਤਾ ਹੀ ਨਾ ਹੋਵੇ ਕਿ ਮੈਨੂੰ ਕੈਂਸਰ ਹੈ ਤੇ ਉਹਨੂੰ ਚਿੰਤਾ ਕਾਦੀ ਹੋਊਗੀ ਅਸਲ 'ਚ ਸਾਡੀ ਕੌਮ ਨੂੰ ਵੱਡੇ ਤੋਂ ਵੱਡੀ ਜਿਹੜੀ ਬਿਮਾਰੀਆਂ ਨੇ ਉਹਨਾਂ ਨੇ ਘੇਰਾ ਪਾਇਆ ਹੋਇਆ ਹੈ ਪਰ ਜਿਹੜੀ ਸਾਡੀ ਕੌਮ ਹੈ ਉਹਨੂੰ ਹਜੇ ਪੂਰੀ ਤਰ੍ਹਾਂ ਕਲੀਅਰ ਨਹੀਂ ਹੋਇਆ ਕਿ ਸਾਨੂੰ ਸਾਡੀ ਸਮੱਸਿਆਵਾਂ ਕੀ ਨੇ ਸੋ ਸਭ ਤੋਂ ਪਹਿਲਾਂ ਸਾਨੂੰ ਸਮੱਸਿਆਵਾਂ ਨੂੰ ਸਮਝਣਾ ਪਵੇਗਾ ਤਾਂ ਹੀ ਅਸੀਂ ਹੱਲ ਵੱਲ ਵਧਾਂਗੇ ਕਿਉਂਕਿ ਜਿਹੜੀ ਘੇਰਾਬੰਦੀ ਹੈ ਬਾਕੀ ਤਖਤਾਂ ਤੇ ਹੁੰਦੀ ਜਾ ਰਹੀ ਹੈ ਕਲੀਅਰ ਦੀ ਤੇ ਗੁਰਦੁਆਰਾ ਸਾਹਿਬਾਨ ਤੇ ਉਹ ਹੁਣ ਪੰਜਾਬ ਚ ਮੈਨੂੰ ਲੱਗਦਾ ਇਹ ਦਿਨੋ ਦਿਨ ਕਲੀਅਰਲੀ ਵੜੂਗੀ ਤੇ ਉਹਦੇ ਲਈ ਸਾਨੂੰ ਪੂਰੀ ਤਿਆਰੀ ਕਰਨੀ ਚਾਹੀਦੀ ਸਿੱਖ ਸੰਗਤ ਨੂੰ ਅਵੇਅਰ ਕਰਨਾ ਪਵੇਗਾ ਅਸੀਂ ਵੀ ਯੂਨਾਈਟਿਡ ਸਿੱਖ ਪਾਰਟੀ ਵੱਲੋਂ ਜਲਦੀ ਕੋਈ ਪ੍ਰੋਗਰਾਮ ਲਿਕਾਂਗੇ ਇਹਨਾਂ ਦੇ ਖਿਲਾਫ ਤਾਂ ਕਿ ਸਿੱਖ ਸੰਗਤ ਨੂੰ ਅਵੇਅਰ ਕੀਤਾ ਜਾਵੇ ਜੀ ਅੰਤ ਦੇ ਵਿੱਚ ਇੱਕੋ ਹੀ ਚੀਜ਼ ਜਾਨਣਾ ਚਾਹੂੰਗਾ ਕਿ ਤੁਸੀਂ ਕਿਹੜੀਆਂ ਕਿਹੜੀਆਂ ਖਾਸ ਉਹ ਚੀਜ਼ਾਂ ਨੇ ਜਿਹੜਾ ਵਾਸਤੇ ਸਿੱਖ ਸੰਗਤ ਨੂੰ ਧਿਆਨ ਦੇਣਾ ਬਣਦਾ ਹੈ ਚਾਹੇ ਗੁਰੂ ਘਰ ਹੋਣ ਜਾਂ ਸਾਡੇ ਵਿਦਿਅਕ ادارے ਹੋਣ ਕਿਹੜੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਵੱਲ ਹਰ ਸਿੱਖ ਦਾ ਧਿਆਨ ਦੇਣਾ ਬਣਦਾ ਹੈ ਚਾਹੇ ਉਹ ਗੁਰੂ ਘਰ ਜਾਂਦਾ ਹੋਵੇ ਨਾ ਜਾਂਦਾ ਹੋਵੇ ਦੇਖੋ ਜੀ ਜਿਹੜਾ ਸਾਡਾ ਗੁਰਦੁਆਰਾ ਪ੍ਰਬੰਧਕ ਸਿਸਟਮ ਹੈ ਸਭ ਤੋਂ ਪਹਿਲਾਂ ਉਹਨੂੰ ਜਿਹੜੇ ਮਸੰਦ ਲੋਕ ਗੁਰਦੁਆਰਿਆਂ 'ਚ ਬੈਠੇ ਨੇ ਉਹਨਾਂ ਨੂੰ ਹਟਾਉਣਾ ਸਭ ਤੋਂ ਪਹਿਲੀ ਪ੍ਰਾਇਓਰਿਟੀ ਦੇਣੀ ਚਾਹੀਦੀ ਸਾਰੀ ਗੱਲਾਂ ਨੂੰ ਛੱਡ ਕੇ ਜਦੋਂ ਤੱਕ ਅਸੀਂ ਉਹ ਸਿਸਟਮ ਨੂੰ ਮਤਲਬ ਖਤਮ ਨਹੀਂ ਕਰਦੇ ਜਿਹੜਾ ਬਾਦਲ ਪਰਿਵਾਰ ਨੇ ਖੜਾ ਕਰਕੇ ਦਿੱਤਾ ਸੈਂਟਰ ਸਰਕਾਰ ਨੂੰ ਉਹ ਸਿਸਟਮ ਨੂੰ ਜਦੋਂ ਤੱਕ ਅਸੀਂ ਖੜਾ ਨਹੀਂ ਕਰਦੇ ਉਦੋਂ ਤੱਕ ਕਿਸੇ ਵੀ ਚੀਜ਼ ਚ ਕਾਮਯਾਬ ਹੋਣਾ ਇਹ ਉਧਰ ਸੋਚਣਾ ਵੀ ਮੈਨੂੰ ਲੱਗਦਾ ਵੀ ਮناسب ਨਹੀਂ ਹੋਊਗਾ ਕਿਉਂਕਿ ਜੇ ਜਦੋਂ ਤੱਕ ਜਿੱਦਾਂ ਹੁਣ ਪ੍ਰਧਾਨ ਗੋਵਿੰਦ ਸਿੰਘ ਲੋਂਗੋਵਾਲ ਬਣ ਗਏ ਜੀ ਤੇ ਇਹਨਾਂ ਦੇ ਸਮੇਂ ਕਿੰਨੇ ਪਹਿਲਾਂ ਫਰਾਡ ਹੋਏ ਨੇ ਇਸ ਸਮੇਂ ਵੀ ਫਰਾਡ ਹੋ ਰਹੀ ਨੇ ਗੁਰਦੁਆਰਾ ਪ੍ਰਬੰਧ ਦੇ ਵਿੱਚ ਉਹਨਾਂ ਬਾਰੇ ਮਤਲਬ ਸੰਗਤ ਕਿੱਦਾਂ ਉਹਨੂੰ ਰੋਕੇ ਰੋਕ ਤਾਂ ਤਾਂ ਹੀ ਸਕਦੀ ਹੈ ਤੇ ਜਦੋਂ ਉੱਥੇ ਪ੍ਰਬੰਧ ਹੋਵੇ ਠੀਕ ਹੈ ਜਦੋਂ ਸੰਗਤ ਵਿਰੋਧ ਕਰਦੀ ਹੈ ਕੁਝ ਕੁ ਚੀਜ਼ਾਂ ਬੰਦ ਹੋ ਜਾਂਦੀਆਂ ਅਸੀਂ ਵੀ ਪਿੱਛੇ ਜੀ ਜਦੋਂ ਤਰਨਤਨ ਸਾਹਿਬ ਡਿਊਟੀ 'ਹੇ ਢਾਣ ਲੱਗੇ ਸੀ ਉਥੋਂ ਤਰਨਤਨ ਸਾਹਿਬ ਵਾਲੇ ਸਿੰਘਾਂ ਨੇ ਉੱਥੇ ਜਾ ਕੇ ਰੋਕਿਆ ਸੀ ਜਗਤਾਰ ਸਿੰਘ ਨੂੰ ਕਾਰ ਸੇਵਾ ਵਾਲਿਆਂ ਨੂੰ ਤੇ ਪਰ ਜਿਹੜੇ ਵੱਡੇ ਇਹਨਾਂ ਦੇ ਘਪਲੇ ਨੇ ਜਿਹੜੇ ਸਾਨੂੰ ਪਤਾ ਹੀ ਨਹੀਂ ਲੱਗਦੇ ਹੈਗੇ ਜਿੱਦਾਂ ਜਿਹੜੀ ਸਾਰਾ ਗੜੀ ਇਮਾਰਤ ਹੈ ਉਹਦਾ ਜਿਹੜਾ ਬਜਟ ਹੈ ਕਿਸੇ ਸਮੇਂ ਉਹ ਅਨਾਉਂਸ ਕੀਤਾ ਸੀ ਐਸਜੀਪੀਸੀ ਨੇ ਸਿਰਫ 22 ਕਰੋੜ ਰੁਪਈਆ ਅਨਾਉਂਸ ਕੀਤਾ ਸੀਗਾ ਜੀ ਸਿਰਫ 22 ਕਰੋੜ ਰੁਪਈਆ ਤੇ ਉਹ ਬਜਟ ਹੈ ਜਦੋਂ ਕੰਪਲੀਟ ਹੋਊਗੀ ਉਹ ਸਰਾ ਤੇ ਐਸਜੀਪੀਸੀ ਨੇ ਡਿਕਲੇਅਰ ਕੀਤਾ ਕਿ ਸਾਡਾ ਇੱਥੇ 85 ਕਰੋੜ ਰੁਪਈਆ ਖਰਚਾ ਆਇਆ ਸੈਣੀ ਸਾਹਿਬ ਅਸੀਂ ਘਰ ਬਣਾਉਨੇ ਆ ਸਾਨੂੰ ਪਤਾ ਵੀ 20 ਲੱਖ ਰੁਪਈਆ ਕੋਠੀ ਦੇ ਉੱਤੇ ਲੱਗਣਾ ਚਲੋ ਜਿਹੜਾ ਬਜਟ ਹੈ ਉੱਤੇ ਹੋ ਜਾਂਦਾ ਬਿਲਕੁਲ ਠੀਕ ਹੈ ਤੇ ਬਜਟ ਟੁਕਣਾ ਟਿਕਣਾ ਨਹੀਂ ਜਾਂਦਾ ਮੰਨ ਲਓ 20 ਦਾ 25 ਲੱਖ ਹੋ ਗਿਆ 30 ਲੱਖ ਡਬਲ ਲਾ ਲਓ ਡਬਲ ਹੋ ਗਿਆ ਬਜਟ ਵੈਸੇ ਡਬਲ ਹੁੰਦਾ ਨਹੀਂ ਹੁੰਦਾ ਮੰਨ ਲਓ ਡਬਲ ਹੋ ਗਿਆ ਬਜਟ 20 ਲੱਖ ਦਾ 40 ਲੱਖ ਹੋ ਗਿਆ ਤੇ ਪਰ ਹੁਣ ਇਹ ਬਾਈ ਕਿੱਥੇ 22 ਕਰੋੜ ਰੁਪਈਆ ਬਜਟ ਹੈ ਤੇ ਕਿਤੇ ਇਹਨਾਂ ਨੇ ਡਿਕਲੇਅਰ ਕੀਤਾ ਸਾਡਾ ਖਰਚਾ ਜਿਹੜਾ 85 ਕਰੋੜ ਰੁਪਈਆ ਖਰਚਾ ਆਇਆ ਤੇ ਜਿਹੜਾ 60 70 ਲੱਖ ਰੁਪਈਆ ਜਿਹੜਾ ਉਹ ਕਿੱਥੇ ਗਿਆ ਬਿਲਕੁਲ ਉਹਦੀ ਕੌਣ ਜਵਾਬਦੇਹੀ ਦੇਊਗਾ ਕਿਦਾਂ ਉਹ ਖਰਚੇ ਵਧਾਏ ਜਾ ਰਹੇ ਨੇ ਸਾਡੇ ਗੁਰਦੁਆਰਿਆਂ ਤੇ ਇੰਨਾ ਕਰੋੜਾਂ ਰੁਪਈਆ ਜੇ ਸਾਡੀ ਨੌਜਵਾਨੀ ਦੇ ਉੱਤੇ ਲੱਗੇ ਉਹ ਵਿਦੇਸ਼ਾਂ ਦੇ ਵਿੱਚ ੱੱਕੇ ਨਾ ਖਾਵੇ ਸਾਡੀ ਕੁੜੀਆਂ ਦਾ ਬੁਰਾ ਹਾਲ ਨਾ ਹੋਵੇ ਵਿਦੇਸ਼ਾਂ ਦੇ ਵਿੱਚ ਜੇ ਉਹੀ ਪੈਸਾ ਸਾਡੀ ਕੁੜੀਆਂ ਨੂੰ ਇੱਥੇ ਕੋਈ ਰੁਜ਼ਗਾਰ ਦਿੱਤਾ ਜਾਵੇ ਬਿਲਕੁਲ ਜਵਾਨੀ ਕਿਸਾਨੀ ਤੇ ਆਫਿਸਾਂ ਕੀ ਪੰਜਾਬ ਦੀ ਜਿਹੜੇ ਅਸਲ ਮੁੱਦੇ ਹੈ ਨੇ ਜ਼ਮੀਨ ਦੇ ਨਾਲ ਜੁੜੇ ਹੋਏ ਜੇ ਸਰੀ ਅਸਰਮੋਰ ਜਥੇਬੰਦੀਆਂ ਗੁਰੂ ਘਰ ਦਾ ਪੈਸਾ ਜੇ ਉਹਨਾਂ ਦੇ ਕੰਮ ਅਗਰ ਲਾਣ ਦੀ ਇਹ ਸੋਚਣ ਨਾਲ ਫੇਰ ਤਾਂ ਕੋਈ ਪੰਗਾ ਹੀ ਨਹੀਂ ਰਵੇ ਪਰ ਗੱਲ ਤਾਂ ਉਹੀ ਹੈ ਨਾ ਕਿ ਕਿਤੇ ਨਾ ਕਿਤੇ ਸੰਘ ਦਾ ਵੀ ਕਬਜ਼ਾ ਹੈ ਤੇ ਕੇਂਦਰ ਦੇ ਵੀ ਹਾਲਾਤ ਕੁਝ ਉਦਾਂ ਤੇ ਹੁੰਦੇ ਨਹੀਂ ਬਹੁਤ ਪਹਿਲਾਂ ਦਾ ਸੈੱਟ ਕੀਤੇ ਹੋਏ ਨੇ ਤੇ ਜਦ ਤੱਕ ਉਥੇ ਚੰਗੀ ਨੀਅਤ ਅਤੇ ਚੰਗੀ ਸੋਚ ਵਾਲੇ ਲੋਕ ਵਿਰਾਜਮਾਨ ਨਹੀਂ ਹੋਣਗੇ ਸਾਡੀਆਂ ਸਮੂਹ ਜਥੇਬੰਦੀਆਂ ਦੀ ਕਮਾਂਜ ਜਦੋਂ ਤੱਕ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਆਏਗੀ ਜੋ ਦਿਲੋਂ ਸਰਬੱਤ ਦਾ ਭਲਾ ਚਾਹੁੰਦੇ ਹੋਣ ਜੋ ਵਾਕੇ ਹੀ ਅਕਾਲੀ ਫੂਲਾ ਸਿੰਘ ਵਾਂਗ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੀ ਹਿੰਮਤ ਰੱਖਦੇ ਹੋਣ ਉਦੋਂ ਤੱਕ ਕੌਮ ਦਾ ਇਹ ਮਾੜਾ ਸਮਾਂ ਖਤਮ ਨਹੀਂ ਹੋ ਸਕਦਾ ਇਸ ਲਈ ਸਾਰੀ ਦੀ ਸਾਰੀ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਆਪਣੀਆਂ ਸਰਮੋਰ ਜਥੇਬੰਦੀਆਂ ਅਜਿਹੇ ਹੱਥ ਠੋਕਿਆਂ ਤੋਂ ਜਲਦ ਤੋਂ ਜਲਦ ਆਜ਼ਾਦ ਕਰਵਾਈਆਂ ਜਾਣ ਜੋ ਕੋਈ ਵੀ ਡਿਸੀਜਨ ਲੈਂਦੇ ਨੇ ਤਾਂ ਕਿਸੇ ਨਾ ਕਿਸੇ ਦੇ ਦਬਾਅ ਦੇ ਵਿੱਚ ਆ ਕੇ ਲੈਂਦੇ ਨੇ ਤੇ ਹੁਣ ਗੁਰੂ ਘਰਾਂ ਦੇ ਵਿੱਚ ਮੰਦਰਾਂ ਵਾਲੇ ਕੰਮ ਹੋਣੇ ਸ਼ੁਰੂ ਹੋ ਗਏ ਨੇ ਭਗਮਕਰਨ ਹੋਣਾ ਸ਼ੁਰੂ ਹੋ ਗਿਆ ਹੈ ਤੇ ਇਹਨਾਂ ਨੂੰ ਰੋਕਣ ਵਾਸਤੇ ਸਾਨੂੰ ਸਾਰਿਆਂ ਨੂੰ ਅਵੇਅਰ ਹੋਣਾ ਪੈਣਾ ਹੈ ਅ ਬਸ ਵਾਈਂਡ ਅਪ ਤਾਂ ਦੇ ਦੇ ਵਾਈਂਡ ਅਪ ਕਰ ਦੇ ਬਸ ਠੀਕ ਹੈ ਖਤਮ ਕਰ ਦੇ ਬਸ ਅੰਤ ਦੇ ਵਿੱਚ ਇੱਕ ਗੱਲ ਕਹਾਂਗਾ ਕਿ ਇਹ ਸਿਰਫ ਸਾਡਾ ਫਰਜ਼ ਨਹੀਂ ਹੈ ਕਿ ਅਸੀਂ ਮੁੱਦੇ ਚੱਕ ਕੇ ਤੁਹਾਡੇ ਸਾਹਮਣੇ ਰੱਖੀਏ ਅਸੀਂ ਭੱਖ ਦੇ ਮੁੱਦੇ ਤੁਹਾਡੇ ਸਾਹਮਣੇ ਪਹਿਲਾਂ ਵੀ ਰੱਖੇ ਨੇ ਹੁਣ ਵੀ ਰੱਖੇ ਆ ਤੇ ਅੱਗੇ ਵੀ ਰੱਖਦੇ ਰਹਾਂਗੇ ਪਰ ਤੁਹਾਡਾ ਵੀ ਫਰਜ਼ ਪੈਂਦਾ ਹੈ ਕਿ ਤੁਸੀਂ ਉਸ ਦੇ ਉੱਤੇ ਖੁਦ ਤਾਂ ਆਪਣੇ ਵੱਲੋਂ ਐਫਰਟਸ ਕਰੋ ਥੋੜਾ ਜਿਹਾ ਅਮਲ ਕਰੋ ਕਿ ਸਾਨੂੰ ਕਿਹੜੀ ਥਾਂ ਦੇ ਉੱਤੇ ਕਿੰਨੀਆਂ ਕੀ ਐਫਰਟਸ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਕੋਈ ਵੀ ਇਨਸਾਨ ਇਹ ਨਾ ਕਹਵੇ ਕਿ ਮੇਰੇ ਨਾਲ ਤਕਸ਼ਾਹੀ ਹੋਈ ਹੈ ਜਾਂ ਕੋਈ ਵੀ ਕੌਮ ਇਹ ਨਾ ਕਹੇ ਕਿ ਅਸੀਂ ਘੱਟ ਗਿਣਤੀ ਸੀ ਤੇ ਸਾਡੇ ਨਾਲ ਤਕਸ਼ਾਹੀ ਹੋਈ ਹੈ ਕਿਉਂਕਿ ਅਗਰ ਅਸੀਂ ਚੁੱਪ ਰੁੱਕ ਕੇ ਬੈਠੇ ਆ ਤਾਂ ਹੀ ਦੂ ਉੱਤੇ ਪੈਂਦੀ ਹੈ ਧੱਕਾशाही ਕਰਨ ਲਈ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ